ਸੀਤਾ ਕੀ ਆ ਬਾ ਇੱਥੇ ਜਿਹੜਾ ਛਾਪ ਰਿਹਾ ਇਹਦੀ ਅਰਬੀ ਰਸਮੁਲ ਖਤ ਜਾਂ ਅਰਬੀ ਹੋਰ ਹੈ, ਜਿਹੜਾ ਤੁਹਾਡੇ ਕੋਲ ਪੁਰਾਣੇ ਕਰੀਮ ਹੈ ਇਹ ਕੋਈ ਹੋਰ ਹੈ। ਇਹ ਉਹਦੀ ਅੱਗੋਂ ਤਫਸੀਲ ਤੁਸੀਂ ਬਿਆਨ ਕਰਨ ਲੱਗੋ। ਅਰਬੀ ਤੇ ਰਸਮੁਲ ਖਤ ਜਿਹੜਾ ਤੁਹਾਡੇ ਕੋਲੇ ਨਾ, ਇਹ ਹੀ ਬਣੀ ਇਸਰਾਇਲ ਵਾਲਿਆਂ ਕੋਲੇ ਵੀ ਹੈ। ਉਹਨਾਂ ਨਾਲ ਗੱਲ ਕਰਕੇ ਵੇਖੋ, ਲਓ ਆਂਦੇ ਨੇ ਇਹ ਮੁਹੰਮਦ ਹੈ ਹੀ ਨਹੀਂ, ਜਿਹੜਾ ਮੁਹੰਮਦ ਬਿਨ ਅਬਦੁੱਲਾ। ਮੇਰੀ ਇੱਕ ਵਾਰੀ ਗੱਲ ਹੋਈ ਉਹਨਾਂ ਨਾਲ, ਉਹ ਮੂਸਾ ਅਲੈਹਿ ਸਲਾਮ ਦੇ ਮੁਤਲਕ ਕਹਿੰਦੇ ਨੇ ਕਿ ਉਹਨਾਂ ਦੀ ਨਾਜ਼ਲ ਹੋਈ। ਮੈਂ ਕਿਹਾ ਤੇ ਸੂਰਤ ਅਲ ਫੀਲ ਜਿਹੜੀ ਇਹ ਜਿਹੜਾ ਵਾਕਿਆ ਫੀਲ ਹੈਗਾ ਉਹ ਮੂਸਾ ਅਲੈਹਿ ਸਲਾਮ ਦੇ ਦੌਰ ਵਿੱਚ ਕਿੱਥੋਂ ਆਇਆ ਬਈ? ਐਵੇਂ ਜਿਹੜਾ ਉਹ ਦਬੜੀ ਅਕੜੀਆਂ ਮਾਰਦੇ ਪਏ। ਹਾਂ, ਤੁਸੀਂ ਆਖੋ ਦੇ ਇਹ ਕੁਰਾਨ ਨੂੰ ਮੰਨਦੇ ਨੇ, ਉਸੇ ਕੁਰਾਨ ਨੂੰ ਜਿਹੜੇ ਤੁਸੀਂ ਮੰਨਦੇ। ਉਹ ਲਾਜਵਾਬ ਹੋ ਗਿਆ ਸੀ ਉੱਥੇ, ਬਲਕਿ ਸੈਯਦ ਜ਼ਫਰੁੱਲਾ ਸ਼ਾਹ ਸਾਹਿਬ ਨੇ ਵੀ ਜਿਹੜਾ ਇਸ ਚੀਜ਼ ਦੀ ਮੇਰੀ ਕਿਹਾ ਸੀ ਕਿ ਤੁਸੀਂ ਸਹੀ ਇਹਨੂੰ ਗ੍ਰਿਫਤ ਕੀਤੀ ਇਹਦੀ। ਮੈਂ ਤਾਂ ਉਹਨਾਂ ਨੂੰ ਮੁਖਤਲਿਫ ਵਾਕਿਆਤ ਕੱਢ ਕੱਢ ਕੇ ਦੱਸੇ ਨੇ। ਉਹ ਜਿੰਨੇ ਵੀ ਆਲਮ ਨੇ, ਮੈਂ ਤਾਂ ਆਲਮ ਹੈ ਕੋਈ ਨਹੀਂ, ਸਿੱਧੀ ਗੱਲ ਹੈ, ਮੈਂ ਸਰਸਰੀ ਮੁਤਾਲਿਆ ਕਰਨ ਵਾਲਾ ਬੰਦਾ, ਜੇ ਕਦੀ ਟਾਈਮ ਵੇਖਿਆ ਕਿ ਚਲੋ ਪੜ੍ਹ ਲਓ। ਅਸੀਂ ਤਾਂ ਉਹਨਾਂ ਨਾਲ ਦਿਫਾ ਹਰ ਬੰਦੇ ਨਾਲ ਕਰਨਾ। ਨਹੀਂ, ਗੱਲ ਹੋਰ ਹੈ ਨਾ, ਸਾਡਾ ਇਹ ਪੁੱਛਣ ਦਾ ਮਕਸਦ ਹੈ ਕਿ ਕੁਰਾਨ ਉਹ ਮੰਨਦੇ ਨੇ ਨਾ ਜਾਂ ਕੁਰਾਨ ਦੇ ਮੁਨਕਰ ਨੇ, ਸਵਾਲ ਇਹ। ਨਹੀਂ, ਕੁਰਾਨ ਉਹ ਮੰਨਦੇ ਨੇ, ਲੇਕਿਨ ਕੁਰਾਨ ਜਿਹੜਾ ਸਾਹਿਬ ਕੁਰਾਨ ਹੈ ਉਹਨੂੰ ਨਹੀਂ ਮੰਨਿਆ ਤੇ ਕੁਰਾਨ ਨੂੰ ਕਿੱਥੋਂ ਮੰਨਿਆ ਫਿਰ ਉਹਨਾਂ ਨੇ? ਮੈਂ ਜਿਹੜੀ ਗੱਲ ਪੁੱਛੀ ਵੀ ਉਹ ਕੁਰਾਨ ਆ ਮੰਨਦੇ ਨੇ ਕਿ ਕੁਰਾਨ ਦੇ ਮੁਨਕਰ ਨੇ ਪੁੱਛ ਰਹੇ ਹੋ, ਮੈਂ ਉਹਦਾ ਹੀ ਜਵਾਬ ਤੁਹਾਡੀ ਖਿਦਮਤ ਤੇ ਪੇਸ਼ ਕੀਤਾ ਹੈ ਕਿ ਜੇ ਸਾਹਿਬ ਕੁਰਾਨ ਨੂੰ ਨਹੀਂ ਮੰਨਿਆ ਤੇ ਫਿਰ ਕੁਰਾਨ ਨੂੰ ਕਿੱਥੋਂ ਮੰਨਿਆ? ਕੁਰਾਨ ਨੂੰ ਮੰਨਿਆ, ਸ਼ਾਬਾਸ਼, ਸੋਹਣਾ ਜਵਾਬ ਦਿੱਤਾ। ਇਹੋ ਹੀ ਗੱਲ ਅਸੀਂ ਆਨੇ ਆ ਕਿ ਜੇ ਸਾਹਿਬ ਕੁਰਾਨ ਨੂੰ ਨਹੀਂ ਮੰਨਿਆ, ਜੇ ਸਾਹਿਬ ਕੁਰਾਨ ਦੀਆਂ ਗੱਲਾਂ ਛੱਡ ਦਿੱਤੀਆਂ ਤੇ ਕੁਰਾਨ ਨੂੰ ਕੀ ਮੰਨਿਆ? ਤੁਸੀਂ ਮੰਨਿਆ ਜਾਂ ਉਹਨਾਂ ਨੂੰ ਮੰਨਿਆ? ਕੱਖ ਨਹੀਂ। ਤੁਸੀਂ ਇੱਕੋ ਰਸੇ ਸਾਰਿਆਂ ਨੂੰ ਨਾ ਨਾ ਬੰਨੋ, ਹੁਣ ਸਾਨੂੰ ਬਣੀ ਇਸ ਤਰ੍ਹਾਂ ਨਾ ਬੰਨਣਾ ਹੈ। ਮੈਂ ਅਰਥ ਪਿਆ ਕਰਨਾ, ਸੇਮ ਹੀ ਮਿਸਾਲ ਹੈ ਤਾਰਕ ਸਾਹਿਬ। ਨਹੀਂ, ਅਸੀਂ ਕੁਰਾਨ ਸ਼ਰੀਫ ਨੂੰ ਉਹਦੇ ਐਨ ਹੀ ਮਫਹੂਮ ਔਰ ਮਤਲਬ ਔਰ ਮਾਨੀ ਦੇ ਮੁਤਾਬਕ ਮੰਨਨੇ ਆ। ਕਿਸ ਤਰ੍ਹਾਂ? ਕਿਸ ਤਰ੍ਹਾਂ? ਨਬੀ ਪਾਕ ਨੇ ਜੋ ਮਾਨੀ ਬਿਆਨ ਕੀਤਾ ਕੁਰਾਨ ਦਾ ਉਹ ਮੰਨਦੇ ਹੋ? ਕੀ ਮਾਨੀ ਬਿਆਨ ਕੀਤਾ ਨਬੀ ਪਾਕ ਨੇ? ਤੇ ਮਾਨੀ ਬਿਆਨ ਕੀਤਾ ਹੈ ਵਲਾਕਿ ਰਸੂਲੁਲਲਾਹ ਵਾ ਖਾਤਮ ਨਬੀਨ ਦਾ, ਖੁਦ ਨਬੀ ਪਾਕ ਨੇ ਤਫਸੀਰ ਕੀਤੀ ਹੈ ਲਾ ਨਬੀਆ ਬਾਦ ਹੀ ਆਖ ਕੇ, ਮੰਨਦੇ ਹੋ? ਹਾਂਜੀ, ਬਿਲਕੁਲ ਮੰਨਦੇ। ਤੇ ਫਿਰ ਲਾ ਨਬੀਆ ਬਾਦ ਹੀ ਤੋਂ ਬਾਅਦ ਤੇ ਕੰਮ ਹੀ ਮੁੱਕ ਜਾਂਦਾ, ਜਿਹੜਾ ਬੰਦਾ ਨਬੂਤ ਦਾ ਦਾਵਾ ਕਰੇ ਉਹ ਤੇ ਝੂਠਾ ਫਿਰ। ਮਾ ਦੇ ਫਿਰ ਲਾ ਨਬੀਆ ਬਾਦ ਹੀ ਤੋਂ ਬਾਅਦ ਨਬੀ ਹੈ ਹੀ ਕੋਈ ਨਹੀਂ, ਐਬਸੋਲੂਟਲੀ ਨਾਟ ਹੋ ਜਾਂਦਾ। ਤੁਸੀਂ ਫਿਰ ਮੰਨਦੇ ਹੋ ਤੁਸੀਂ ਇਬਨੇ ਮਰੀਮ ਨੇ ਆਣਾ? ਨਹੀਂ, ਅਸੀਂ ਵੀ ਇਬਨੇ ਮਰੀਮ ਨੂੰ ਆਪ ਨਹੀਂ ਮੰਨਦੇ। ਇਬਨੇ ਮਰੀਮ ਦੀ ਤੇ ਸਰਾਹਤ ਦੇ ਨਾਲ ਖਬਰ ਮੌਜੂਦ ਹੈ, ਨਬੀ ਪਾਕ ਨੇ ਦਿੱਤੀ, ਅਸਾਂ ਕੋਲੋਂ ਤੇ ਨਹੀਂ ਘੜੀ ਹੈ। ਨਹੀਂ, ਸਰਾਹਤ ਨਾਲ ਜਦੋਂ ਉਹਨਾਂ ਨੇ ਲਾ ਕਹਿਤਾ ਤੇ ਲਾ ਤੇ ਜਿਹੜਾ ਉਹ ਬਿਲਕੁਲ ਉਹਦੇ ਚ ਐਬਸੋਲੂਟਲੀ ਨਾਟ ਚਾਹੁੰਦਾ, ਉਹਦੇ ਚ ਕੋਈ ਇਸਤਸਨਾ ਰਹਿ ਹੀ ਨਹੀਂ ਜਾਂਦਾ। ਹਾਂ, ਇਸਤਸਨਾ ਨਹੀਂ ਹੈ, ਲੇਕਿਨ ਮੈਂ ਇਹ ਪਿਆਨਾ ਕਿ ਇਹ ਇਸਤਸਨਾ ਜੇ ਤੇ ਅਸੀਂ ਦਵੀਏ ਜਾਂ ਅਸੀਂ ਕੋਈ ਘੜੀਏ ਗੱਲ ਕੋਲੋਂ ਇੱਕ ਲਫ਼ਜ਼ ਵੀ ਤਾਂ ਤੁਸੀਂ ਸਾਡੇ ਤੇ ਪਰਚਾ ਦਿਓ, ਤੇ ਜੇ ਗੱਲ ਹੀ ਨਬੀ ਪਾਕ ਦੀ ਹੋਵੇ ਤੇ ਫਿਰ ਨਹੀਂ। ਉਹ ਤਾਂ ਫਿਰ ਹੁਣ ਤੁਸੀਂ ਕਿ ਆਲਮ ਨਾਲ ਗੱਲ ਕਰੋ ਨਾ, ਅਗਲੇ ਵੀ ਇਹਦੇ ਤੇ ਪੂਰੇ ਦਲਾਇਲ ਰੱਖਦੇ ਨੇ ਨਾ, ਇਸ ਤਰ੍ਹਾਂ ਨਹੀਂ ਜਿਹੜਾ ਨਾ ਉਹ ਜਾਂ ਗੱਲ ਆਪਣਾ ਆਮਰ ਨਜ਼ੀਰ ਸਾਹਿਬ ਜਾਂ ਦਾਏ ਹੋਣਾ ਪਏਗਾ ਜਾਂ ਬਾਏ ਹੋਣਾ ਪਏਗਾ, ਦਰਮਿਆਨ ਦਾ ਰਸਤਾ ਕੋਈ ਨਹੀਂ। ਨਾ ਉਹ ਮਿਰਜ਼ਾ ਸਾਹਿਬ ਨੇ ਵੀ ਆਪਣੀ ਕਿਸੇ ਕਿਤਾਬ 'ਚ ਲਿਖਿਆ ਕਿ ਇਹ ਲਾ ਨਬੀ ਆਬਾਦੀ ਦੀ, ਉਹਨਾਂ ਨੇ ਵੀ ਇਹੀ ਤਸ਼ਰੀਹ ਕੀਤੀ ਹੈ ਕਿ ਇਹ ਲਾ ਨਬੀ ਆਬਾਦੀ ਦਾ ਇਹ ਮਤਲਬ ਹੈ, ਨਾ ਕੋਈ ਨਿਆ ਤੇ ਨਾ ਕੋਈ ਪੁਰਾਣਾ।
ਅਮਰ ਨਜ਼ੀਰ ਹੈ, ਨਜ਼ੀਰ ਦਾ ਮਤਲਬ ਕੀ ਹੈ? ਡਰਾਉਣ ਮਿਰਜ਼ਾ ਸਾਹਿਬ ਦਾ ਨਾਮ ਖੁਸ਼ਖਬਰੀ ਦੇ ਲੈਣ ਵਾਲਾ, ਬਸ਼ਰ ਦਾ ਵੀ ਇਹੀ ਮਤਲਬ, ਬਸ਼ਾਰਤਾਂ ਦੇਣ ਵਾਲਾ ਯਾਰ। ਗੱਲ ਹੈ ਕਿ ਫਿਰ ਤੁਸੀਂ ਹੁਣ ਹਜ਼ਰਤ ਸਾਹਿਬ ਦਾ, ਵੱਡੇ ਹਜ਼ਰਤ ਸਾਹਿਬ ਜਿਹੜੇ ਸਾਰਿਆਂ ਤੋਂ ਵੱਡੇ ਇਮਾਮ ਆਜ਼ਮ ਜਿਹੜੇ ਨੇ, ਇਮਾਮ ਉਲ ਅੰਬੀਆ ਨੇ, ਉਹਨਾਂ ਦੇ ਮਾਪਿਆਂ ਨਾਮ ਮੁਹੰਮਦ ਰੱਖਿਆ, ਉਸ ਤੋਂ ਬਾਅਦ ਉਹਨਾਂ ਦਾ ਨਾਮ ਅਹਿਮਦ ਵੀ ਹੈ, ਮੁਜ਼ੰਮਲ ਵੀ ਹੈ, ਮੁਦੱਸਰ ਵੀ ਹੈ, ਉਹ ਯਾਸੀਨ ਵੀ ਹੈ, ਇੰਨੇ ਉਹਨਾਂ ਦੇ ਨਾਂ ਨੇ, ਅੱਲਾ ਨੇ ਰੱਖੇ ਨੇ, ਇਹਦੇ 'ਚ ਕੀ ਮਸਲਾ ਕੀ ਹੋ ਗਿਆ? ਮੈਂ ਦੱਸਣਾ ਨਾ, ਮੈਂ ਦੱਸਣਾ, ਜਿਹੜਾ ਨਬੀ ਪਾਕ ਦਾ ਨਾਂ ਅੱਲਾ ਤਾਲਾ ਨੇ ਮੁਜ਼ੰਮਲ ਅਤੇ ਮੁਦੱਸਰ ਯਾਸੀਨ ਵਗੈਰਾ ਰੱਖੇ ਨੇ ਨਾ, ਉਹ ਵੀ ਸਾਨੂੰ ਨਬੀ ਪਾਕ ਨੇ ਜਾ ਕੇ ਦੱਸਿਆ। ਅਸੀਂ ਨਬੀ ਪਾਕ ਦੀ ਹਰ ਗੱਲ ਦੇ ਉੱਤੇ ਈਮਾਨ ਲਿਆਏ ਹਾਂ, ਬੁਨਿਆਦ ਏ ਨਬੀ ਅਲੈਹ ਸਲਾਤੁ ਵਸਲਾਮ ਦੀ ਜ਼ਾਤ, ਉਹਨਾਂ ਦੀ ਗੱਲ। ਕੁਰਾਨ ਵੱਖਰਾ ਅਗਰ ਆਇਆ ਹੁੰਦਾ ਕਿਸੇ ਹੋਰ ਰਾਹ, ਤੇ ਨਬੀ ਪਾਕ ਦੀ ਜ਼ਾਤ ਕਿਰੇ ਦੂਜੇ ਰਸਤੇ ਤੋਂ ਆ ਕੇ ਸਾਨੂੰ ਮਿਲਦੀ ਨਾ, ਅਸੀਂ ਆਂਦੇ ਵੀ ਨਹੀਂ, ਤੁਹਾਡੀ ਗੱਲ ਆਪਸ 'ਚ ਮੈਚ ਨਹੀਂ ਕਰਦੀ। ਜਦੋਂ ਦੋਵੇਂ ਚੀਜ਼ਾਂ, ਜਦੋਂ ਨਬੀ ਪਾਕ ਨੇ ਹੀ ਦੱਸਿਆ ਹੈ ਕਿ ਮੇਰਾ ਅੱਲਾ ਨੇ ਨਾਮ, ਸਾਡਾ ਈਮਾਨ ਉਹਨਾਂ ਦੀ ਵਹੀ ਤੇ। ਤੁਹਾਡਾ ਜੇ ਤਾਂ ਦਾਅਵਾ ਹੋਵੇ ਇਹ ਕਿ ਬਈ ਨਬੀ ਪਾਕ ਦੀ ਗੱਲ ਉੱਤੇ, ਫਿਰ ਨਬੀ ਪਾਕ ਦੀ ਗੱਲ ਨਾਲ ਤਾਂ ਇਹੋ ਜਿਹੀ ਕੋਈ ਚੀਜ਼ ਮਿਲਦੀ ਨਹੀਂ ਹੈ ਜਿਹੜੀ ਮਿਰਜ਼ਾ ਸਾਹਿਬ ਦੇ ਦਾਅਵੇ ਨੇ। ਨਬੀ ਪਾਕ ਦੀ ਇਸ ਹਿਸਾਬ ਦਾ ਮੇਰਾ ਮੁਤਾਲਿਆ ਨਹੀਂ, ਇਹ ਮਿਰਜ਼ਾ ਸਾਹਿਬ ਦੇ ਦਾਅਵੇ ਤੇ ਤੁਸੀਂ ਬਾਰਲ, ਭਾਵੇਂ ਮੇਰੇ ਤਾਰਕ ਚੌਹਾਨ ਭਾਈ ਨਾਲ ਇਖਤਲਾਫ ਹੈਗਾ ਕਿਤੇ ਅੱਗੇ ਜਾ ਕੇ, ਲੇਕਿਨ ਮਿਰਜ਼ਾ ਸਾਹਿਬ ਤੱਕ ਤੇ ਤੁਸੀਂ ਉਹਨਾਂ ਕੋਲੋਂ ਤੁਸੀਂ ਜ਼ਿਆਦਾ ਧੌਣ ਚੰਗੀ ਮੋਟੀ, ਇਹਨਾਂ ਨੂੰ ਅੱਗੇ ਕਰਿਆ ਕਰੋ। ਤੁਹਾਨੂੰ ਤੁਹਾਡੇ ਮੁਰੱਬੀਆਂ ਦੀ ਸੁਣਾਉਣੇ ਆ ਫਿਰ। ਆ ਦੋ ਦਿਨ ਪਹਿਲੇ ਦੀ ਗੱਲ ਹੈ, ਉਹ ਮੂਸਾ ਨਾਂ ਦੇ ਮੁੰਡੇ ਨੇ ਬਰਾੜ ਲਾਈ ਸੀ, ਉਹ ਮੈਨੂੰ ਨਹੀਂ ਸੀ ਜਾਣਦਾ। ਦੋ ਬੰਦਿਆਂ ਨੇ ਕਾਲ ਪਾਈ ਹੈ, ਤੁਸੀਂ ਉਹਨਾਂ ਨੂੰ ਆਪ ਹੀ ਲੈਣਾ ਜੇ ਦਿਲ ਹੈ, ਜੇ ਵਰਨਾ ਨਹੀਂ। ਇਹਨੂੰ ਕਿਉਂ ਚੁੱਕ ਲਿਆ? ਨਾਲ ਹੀ ਚਾ ਕੇ ਤਲਾ ਸੁੱਟ ਦਿੱਤਾ ਨੇ। ਮੁਰੱਬੀਆਂ ਦੇ ਤੇ ਹਾਲਾਤ ਹੁਣ ਤੁਹਾਡੇ। ਉਹ ਨਹੀਂ ਮਹਾਨ ਸਾਹਿਬ, ਮੁਰੱਬੀਆਂ ਨੂੰ ਤੇ ਹੈ ਹੀ ਮਨਾ ਇਹਦੇ ਤੇ ਟਿਕਟਾਕ ਤੇ ਆਣਾ ਅਫੀਸ਼ੀਅਲ ਜਿਹੜਾ ਟਿਕਟਾਕ ਤੇ ਮੁਰੱਬੀ ਆਉਂਦਾ ਹੀ ਕੋਈ ਨਹੀਂ। ਆਉਂਦੇ ਨੇ, ਆਉਂਦੇ ਨੇ ਤਾਰਿਕ ਅੰਕਲ ਸਾਹਿਬ, ਅੱਜ ਵੀ ਸਵੇਰ ਇੱਕ ਮੁਰੱਬੀ ਆਇਆ ਹੋਇਆ ਜੀ। ਉਹ ਕੌਣ, ਕਿਹੜਾ ਮੁਰੱਬੀ ਆ? ਉਹਦਾ ਨਾਂ ਕੋਈ ਸੁਖ ਮਲਿਕ ਜਾਂ ਕੋ ਮਿਨਿਸਟਰੀ ਦਾ ਉਹ ਕੋਈ ਹੈ, ਸਦਰ ਵੀ ਮਿਨਿਸਟਰੀ ਹੈ। ਸਤਨਾਮ ਸਿੰਘ ਨਾਂ ਹੈ ਉਹਦਾ, ਉਹ ਮੈਨੂੰ ਯਾਦ ਨਹੀਂ ਵੈਸੇ ਆ ਰਿਹਾ। ਤੇ ਉਸ ਤੋਂ ਬਕਾਇਦਾ ਉਹ ਬਿਲਾਲ ਲੈ ਨਾ ਮੁੰਡਾ, ਉਸਨੇ ਪੁੱਛਿਆ ਬਈ ਤੁਸਾਂ ਕਿਆ ਮੁਰੱਬੀ ਹੋ? ਨਹੀਂ ਨਹੀਂ ਬਲਕਿ ਤੈਰ ਅਮਜਦ ਸਾਹਿਬ ਨੇ ਪੁੱਛਿਆ ਕਿਆ ਤੁਸਾਂ ਮੁਰੱਬੀ ਹੋ? ਸਾ ਕਿਹਾ ਹਾਂ ਮੈਂ ਮੁਰੱਬੀ ਹਾਂ। ਕਿਆ ਮੁਰੱਬੀਆਂ ਨੂੰ ਇਜਾਜ਼ਤ ਹੈਗੀ ਸੋਸ਼ਲ ਮੀਡੀਆ ਤੇ? ਉਸ ਕਿਹਾ
ਮੈਂ ਜੇ ਸਿਲਸਿਲੇ ਦਾ ਸਨ ਇਜਾਜ਼ਤ ਹੈ ਕਿਸੇ ਹੱਦ ਤੱਕ, ਦੂਸਰਿਆਂ ਦਾ ਮੈਨੂੰ ਪਤਾ। ਗੱਲ ਇਹ ਕਿ ਉਹ ਤੁਸੀਂ ਜਿਹਦਾ ਵੀ ਫ੍ਰੈਂਚ ਕਾਰਡ ਵੇਚਦੇ ਹੋ ਨਾ, ਤੁਸੀਂ ਉਹਨੂੰ ਡਿਗਰੀ ਮੁਰੱਬੀ ਵਾਲੀ ਦੇ ਛੱਡਦੇ। ਨਹੀਂ ਨਹੀਂ ਉਸ ਬਕਾਇਦਾ ਪੁੱਛਿਆ ਗਿਆ ਹੈ ਨਾ, ਬਕਾਇਦਾ ਉਸਨੇ ਤਸਲੀਮ ਕੀਤਾ। ਚਲੋ ਠੀਕ ਹੈ, ਅੱਲਾ ਹਾਫਿਜ਼। ਫਿਰ ਤੁਹਾਨੂੰ ਦੁਬਾਰਾ ਹੁਣ ਜੁਆਇਨ ਕਰਾਂਗੇ, ਮੈਂ ਹੁਣ ਬਿਜ਼ੀ ਹੋਣ ਲੱਗਾ। ਤੇ ਠੀਕ ਹੈ, ਬੜੀ ਮਿਹਰਬਾਨੀ ਜਨਾਬ ਨਈਮ ਮਾਨ ਸਾਹਿਬ, ਅਮਨ ਨਜ਼ੀਰ ਸਾਹਿਬ ਤੇ ਤਾਰਕ ਚੌਹਾਨ ਸਾਹਿਬ ਤੇ ਬਾਕੀ ਸਾਰੇ ਦੋਸਤ ਆ ਮੇਰਾ ਪਤਰੀਆ। ਯੂਸਫ ਸਾਹਿਬ ਕੋ ਗੱਲ ਮੈਂ ਤੁਹਾਨੂੰ ਪੁੱਛਣੀ ਸੀ ਸਵੇਰੇ, ਮੈਂ ਕਿਹਾ ਜੀ ਯੂਸਫ ਸਾਹਿਬ ਆਏ ਤੋਂ। ਖੈਰ ਜੀ ਉਹਨਾਂ ਯੂਸਫ ਸਾਹਿਬ ਕੋ ਬਾਅਦ ਪੁੱਛਣੇ ਆ, ਜਿਹੜੇ ਆਪਣੇ ਭਰਾਵਾਂ ਨੂੰ ਬੜਾ ਮਸਲਾ ਹੈ ਅਸੀਂ ਮਦਦ ਦੀ ਬਰਾੜ ਦੇ ਜਾ ਕੇ ਬੰਨੀ ਇਸਰਾਈਲ ਵਾਲਿਆਂ ਨੂੰ ਚੁੰਡੀ ਘੁੱਟਦੇ ਨੇ, ਫਿਰ ਉਹ ਚੰਮਾ ਚਾੜਦੇ, ਫਿਰ ਸਾਰਿਆਂ ਨੂੰ ਤਕਲੀਫ ਹੁੰਦੀ ਹੈ। ਇਹਨਾਂ ਨੂੰ ਕਿੰਨੀ ਵਾਰੀ ਆਖਿਆ ਹੈ ਕਿ ਤੁਸੀਂ ਉਹਨਾਂ ਨੂੰ ਛੇੜਨਾ ਨਹੀਂ ਅਮਰ ਭਾਈ, ਤੇ ਆਪਣੀ ਜ਼ਬਾਨ ਦੇ ਨਾਲ ਸਾਰਿਆਂ ਨੂੰ ਦੱਸ ਦਿਓ ਕਿ ਉਹਨਾਂ ਨੂੰ ਬਗੈਰ ਦੇ ਬੰਦਿਆਂ ਨੂੰ ਛੇੜਨਾ ਨਹੀਂ। ਇੱਕ ਵਾਰੀ ਸਮਝਾਓ ਜ਼ਰਾ ਇਹਨਾਂ ਨੂੰ, ਜ਼ਰਾ ਤੁਸੀਂ ਤਾਂ ਸੋ ਜਾਂਦੇ ਹੋ ਨਾ। ਇਹ ਇਹ ਸਮਝਾਉਣ ਦੇ ਕਾਬਲ ਹੈ ਕੌਮ? ਕਿਹਨੂੰ ਸਮਝਾਉਣਾ ਕਿਹਨੂੰ? ਭਾਈ ਰਾਤੀ ਨਾ ਮੈਂ ਗਿਆ ਮਲਿਕ ਦੀ ਬਰਾੜ ਦੇ ਉੱਤੇ, ਉਸ ਬਣੀ ਇਸਰਾਇਲ ਵਾਲੇ ਆਖਿਆ ਮੇਰੇ ਨਾਲ ਗੱਲ ਕਰ, ਮੈਂ ਉਹਨੂੰ ਆਖਿਆ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ। ਉਸ ਅਗੇ ਮੇਰੇ ਨਾਲ ਗੱਲ ਕਰ, ਮੈਂ ਆਖ ਮੈਂ ਤੇਰੇ ਨਾਲ ਗੱਲ ਕਰੇ ਨਾ, ਕੈਮਰਾ ਤੂੰ ਹੀ ਆਨ ਕਰ, ਮੈਂ ਕੈਮਰਾ ਆਨ ਕਰੇ ਨਾ। ਤੇ ਇਧਰੇ ਤੱਕ ਮੈਂ ਉੱਥੇ ਮਲਿਕ ਕੈਸਰ ਸਾਹਿਬ ਵੀ ਬੈਠੇ ਹਨ, ਉਹਨਾਂ ਨੇ ਮੈਂ ਆਖਿਆ, ਮੈਂ ਆਖਿਆ ਮਲਿਕ ਸਾਹਿਬ ਤੁਸੀਂ ਲੈ ਆਓ, ਤੇ ਮੌਲਾਨਾ ਆਏ ਜਿਹੜੇ ਤੁਹਾਡੇ ਨਾਲ ਬੈਠੇ ਨੇ ਨਦੀਮ ਪਰਵੇਜ਼ ਸਾਹਿਬ, ਇਹਨਾਂ ਨੂੰ ਮੈਂ ਆਖਿਆ, ਮੈਂ ਆਖਿਆ ਨਦੀਮ ਪਰਵੇਜ਼ ਸਾਹਿਬ ਥੱਲੇ ਲੈ ਆਓ, ਮੈਂ ਕਿਹਾ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਇਹ ਅੱਗੋਂ ਮੈਨੂੰ ਫਰਮਾਉਂਦੇ ਨੇ, ਅੱਛਾ ਕੈਮਰਾ ਉਹ ਆਨ ਕਰ ਕਰੇ ਤਾਂ ਫਿਰ ਤਾਂ ਉਹ ਠੀਕ ਨੇ, ਅਗਰ ਕੈਮਰਾ ਆਨ ਨਾ ਕਰੇ ਤਾਂ ਫਿਰ ਉਹ ਠੀਕ ਨਹੀਂ ਹੈ। ਇਹਦੀ ਹੁਣ ਮਾਸ਼ਾਅੱਲਾ 50 ਸਾਲ ਇਹਦੀ ਏਜ, ਇਸ ਨੂੰ ਕਦੋਂ ਗੱਲਾਂ ਦੀ ਸਮਝ ਆ ਸੀ? ਕਿਹਦੀ? ਇਹ ਜਿਹੜਾ ਨਦੀਮ ਪਰਵੇਜ਼ ਹੈ, ਕਦੋਂ ਇਹਨੂੰ ਲੋਕਾਂ ਦੀਆਂ ਗੱਲਾਂ ਦੀ? ਮੈਂ ਜੋ ਇਹਨੂੰ ਆਖਿਆ ਵੀ ਥੱਲੇ ਲਾਇਆ, ਕਿਉਂਕਿ ਇਹਨਾਂ ਹੁਣ ਸ਼ਾਦਮੀਅਤ ਕਰਨੀ ਹੈ ਇਸ। ਹਾਂ ਜਿਹੜੇ ਇਹ ਕੈਮਰਾ ਆਨ ਕਰੇ ਫਿਰ ਤੇ ਠੀਕ ਨੇ, ਜੋ ਕੈਮਰਾ ਆਨ ਕਰਕੇ ਗੱਲ ਨਾ ਕਰੇ ਤੇ ਫਿਰ ਇਹ ਖਰਾਬ ਨੇ। ਇਹ ਫਿਰ ਉੱਥੇ ਬੈਠਾ ਰਿਹਾ ਬੈਠਾ ਰਿਹਾ ਬੈਠਾ ਰਿਹਾ। ਮੈਂ ਕਿਹਾ ਬਹੁਤ ਮਲਕ ਮਲਕ ਸਾਹਿਬ ਤੁਹਾਡੀ ਉੱਥੇ ਦਿੱਤੇ ਸੀ ਕੈਮਰਾ ਆਨ, ਰਾਤੀ ਧਰੂ ਕੇ ਲਾਇਆ ਇੱਕ ਨੂੰ, ਰਾਤੀ ਫੋਨ ਕਰਕੇ ਮਗਰ ਮੈਂ ਲਾਇਆ ਥੱਲੇ। ਨਹੀਂ ਨਹੀਂ ਅਮਰ ਭਾਈ, ਮੈਂ ਤਾਂ ਉਂਝ ਉਤਰ ਗਿਆ ਹਾਂ ਥੱਲੇ, ਮੈਂ ਰਿਹਾ ਹੀ ਨਹੀਂ ਸੀ, ਮੈਂ ਉਤਰ ਗਿਆ ਹਾਂ ਆਪੇ ਥੱਲੇ। ਮੈਂ ਗਿਆ ਸਾਂ ਇਹਨਾਂ ਦੇ ਕਰਕੇ ਸਾਰੇ ਇੱਥੇ ਸਲਾਹ ਬਣਾ ਕੇ ਗਏ ਸਾਂ ਇਕੱਠੇ। ਉੱਥੇ ਗਿਆ ਤੇ ਅੱਗੇ ਮਾਮਲਾ ਹੋਰ ਸੀ, ਤੇ ਮੈਂ ਬਜਾਏ ਉਹ ਕੰਮ ਉੱਥੇ ਕੰਮ ਵੱਧਦਾ, ਉਸ ਵਕਤ ਮੈਂ ਇਹਦੇ ਵਿੱਚ ਬੋਲ ਗਿਆ। ਨਹੀਂ ਪ੍ਰਵੇਸ਼ ਸਾਹਿਬ, ਮੈਂ ਉੱਥੇ ਸਾਂ, ਮਲਕ ਕੈਸਰ ਸੀ, ਕਿਸੇ ਨੇ ਮੈਂ ਗੱਲ ਕੀਤੀ ਨਾ, ਉਹਨਾਂ ਸਾਨੂੰ ਕੀਤੀ ਨਾ, ਆਸਾ ਕੀਤੀ, ਅਸੀਂ ਸਿਰਫ ਮਲਕ ਕੋਈ ਗੱਲ ਨਹੀਂ ਹੋਈ, ਕੋਈ ਗੱਲ ਨਹੀਂ ਹੋਈ, ਸਿਰਫ ਕੈਮਰੇ ਦੀ ਗੱਲ ਹੁੰਦੀ ਰਹੀ ਹੈ ਤੇ ਉਹਦੇ ਉੱਤੇ ਬਸ ਮੈਂ ਤੁਹਾਨੂੰ ਕਹਿਣ ਦਾ ਮਕਸਦ ਭਰਾਵਾਂ ਨੂੰ ਐਵੇਂ, ਮਲਕ ਕੈਸਰ ਵੀ ਬੈਠੇ ਆ, ਅਸੀਂ ਮੈਂ ਵੀ ਬੈਠਿਆ ਹਾਂ, ਰਿਕਾਰਡਿੰਗ ਵਿੱਚ ਵੇਖ ਲਓ, ਜਾਂ ਅਸਾਂ ਉਹਨਾਂ ਨੂੰ ਛੇੜਿਆ ਜਾਂ ਉਹਨਾਂ ਸਾਨੂੰ ਛੇੜਿਆ, ਅਸੀਂ ਸਿਰਫ ਮਲਕ ਦਾਉ ਨਾਲ ਲੱਗੇ ਰਹੇ ਹਾਂ, ਮੈਂ ਵੀ ਲੱਗਾ ਰਿਹਾ ਵਾਂ, ਮਤਲਬ ਕੈਸਰ ਵੀ ਲੱਗਾ ਰਿਹਾ ਅਜੇ, ਮਤਲਬ ਮਰਾਨ ਕਹਿੰਦਾ ਰਿਹਾ ਯਾਰ ਗੱਲ ਕਿੱਧਰ ਕਿੱਧਰ ਕਿੱਧਰ, ਕੈਸਰ ਤੇ ਮੈਂ ਉਹਨੂੰ ਇੱਕ ਸਾਈਡ ਤੇ ਰੱਖਦੇ ਰਹੇ ਹਾਂ। ਕੋਸ਼ਿਸ਼ ਹੈ ਕਰੋ ਤੁਸੀਂ ਬਰਾੜ ਤੇ ਜਾਂਦੇ ਹੋ ਉਹਨੂੰ ਬੁਲਾਓ, ਦੂਜੇ ਬੰਦੇ ਨੂੰ ਬੁਲਾਉਣ ਦੀ ਲੋੜ ਕੋਈ ਨਹੀਂ। ਉਹ ਦਾਦੇ ਨੂੰ ਮੈਂ ਤੁਹਾਡੇ ਸਾਹਮਣੇ ਕੀ ਆਖਿਆ, ਦਾਦਾ ਸਾਹਿਬ ਨੂੰ ਸਾਨੂੰ ਵਾਰ ਦੇ ਦਿਓ, ਤੇ ਉਹਨੇ ਕੀ ਆਖਿਆ, ਤੁਸੀਂ ਕਰ ਲਓ ਭਾਜੀ ਮਦਦ ਨਾ ਗਾ ਲਓ, ਬੋਲਿਆ ਉਹਨੇ ਜ਼ਰਾ ਹੱਡ ਨਾਲ ਬਦਲੀ ਸਿੱਧੀ ਕੀਤੀ ਪੈਂਦਾ। ਮੈਂ ਇੱਕ ਅਸੂਲ ਦੱਸਣਾ ਵਾ, ਜੇ ਦਿਲ ਕੀਤਾ ਤੇ ਮੰਨ ਲਵਿਆ, ਜੇ ਨਾ ਦਿਲ ਕੀਤਾ ਤੇ ਅੱਗੋਂ ਨਹੀਂ ਦੱਸਣ ਲੱਗਾ, ਜੋ ਮਰਜ਼ੀ ਦੇ ਕਰੀ ਜਾਵੇ। ਉਹ ਇੱਥੇ ਕੋਈ ਕਿਸੇ ਦਾ ਪਾਬੰਦ ਨਹੀਂ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸ਼ੂਟਰ ਆਨ ਕਰ ਲੈ, ਰਿਕਾਰਡਿੰਗ ਆਨ ਕਰ ਲੈ। ਅਸੂਲ ਆਪਣੀਆਂ ਬਰਾਡਾਂ ਦੇ ਉੱਤੇ ਬਹਿ ਕੇ 2 ਘੰਟੇ 3 ਘੰਟੇ ਸੁੱਤੇ ਰਹੋ, ਫਰੰਟ ਸੀਟ 'ਤੇ ਸੌਂ ਜਾਓ, ਪਿਛਲੀ ਸੀਟ 'ਤੇ ਸੀਟ ਲੰਮੀ ਕਰਕੇ ਸੌਂ ਜਾਓ, ਕੋਈ ਮਸਲਾ ਨਹੀਂ ਹੈ।
ਮਿਰਜ਼ਾਈਆਂ ਦੀ ਜਾਂ ਕਿਸੇ ਵੀ ਗੈਰ ਮੁਸਲਿਮ ਦੀ ਬਰਾੜ ਤੇ ਜਦੋਂ ਤੁਸੀਂ ਜਾਂਦੇ ਹੋ ਨਾ, ਉੱਥੇ ਗੱਪ ਲਾਣ ਨਹੀਂ ਜਾਈਦਾ, ਸੋਫਾ ਚੈੱਕ ਕਰਨ ਨਹੀਂ ਜਾਈਦਾ। ਗੱਲ ਕੋਈ ਹੁੰਦੀ ਪਈ ਹੋਵੇ ਤੇ ਮਖਸੂਸ ਟੌਪਿਕ ਤੇ ਮਖਸੂਸ ਗੱਲ ਕਰਨ ਵਾਸਤੇ ਜਾਓ, ਗੱਲ ਕਰਕੇ ਥੱਲੇ ਉਤਰ ਜਾਓ। ਜਿਹੜਾ ਜ਼ਬਾਨ ਦਾ ਚਸਕਾ ਹੈ ਇਹਦੇ ਤੋਂ ਬਾਜ਼ ਆ ਜਾਓ। ਜ਼ਬਾਨ ਤੁਹਾਡੀ ਦੇ ਚਸਕੇ ਨਾਲ ਮੇਰੀ, ਚਲੋ ਮੈਂ ਆਪਣੀ ਗੱਲ ਕਰ ਲੈਣਾ, ਤੁਹਾਨੂੰ ਆਖਿਆ ਮਾੜਾ ਲੱਗਦਾ, ਮੈਂ ਆਪਣੇ ਆਪ ਨੂੰ ਆ ਲੈਣਾ, ਮੇਰੀ ਜ਼ਬਾਨ ਦੇ ਚਸਕੇ ਨਾਲ ਇਹ ਸ਼ਾਤਮੀਅਤ ਹੁੰਦੀ ਪਈ। ਇਹ ਜ਼ਬਾਨ ਦਾ ਚਸਕਾ ਲਾਣਾ ਛੱਡ ਦੇਵਾਂ ਤੇ ਸ਼ਾਤਮੀਅਤ ਨਹੀਂ ਹੋ ਸਕਦੀ ਹੈ ਮੇਰੇ ਨਾਲ। ਤੇ ਮੇਰਾ ਖਿਆਲ ਹੈ ਕਿ ਅੱਲਾ ਮਾਫ ਕਰੇ, ਕਹਿਣਾ ਨਹੀਂ ਚਾਹੀਦਾ। ਪਤਾ ਨਹੀਂ 7-8 ਮਹੀਨੇ ਹੋ ਗਏ ਨੇ ਮੇਰੇ ਨਾਲ, ਅੱਜ ਤੱਕ ਕਿਸੇ ਮਰਜ਼ਾਈ ਦੀ ਵੀ ਇਸ ਮੌਜੂਦ ਕਦੇ ਇਸ ਹੱਦ ਤੱਕ ਗੱਲ ਨਹੀਂ ਗਈ ਹੈ। ਅਫਸੋਸ ਹੁੰਦਾ, ਆਖ ਆਖ ਕੇ ਥੱਕ ਗਏ ਹਾਂ। ਲੇਕਿਨ ਉਹ ਜਾਣ ਤੇ ਬੰਦੇ ਨੂੰ ਪ੍ਰਵੋਕ ਕਰਦੇ ਨੇ ਕਿ ਇਹ ਸਾਡੇ ਨਾਲ ਬਦਤਮੀਜ਼ੀ ਕਰਨ ਤੇ ਅਸਾਂ ਫਿਰ ਸ਼ਾਤਮੀਅਤ ਕਰਾਂ, ਤੇ ਉਸ ਦੇ ਨਾਲ ਬਿਹਤਰ ਹੈ ਉਹਨਾਂ ਦੇ ਨਾਲ ਗੱਲ ਹੀ ਨਾ ਕਰੋ। ਅਗਰ ਉਹਨਾਂ ਦੀ ਬਰਾੜ ਤੇ ਜਾਓ ਹੀ ਨਹੀਂ। ਮਲਿਕ ਸਾਹਿਬ ਰਾਤੀ ਮਲਿਕ ਕੈਸਰ ਵੀ ਬੈਠੇ ਆ ਸੀ, ਮੈਂ ਵੀ ਬੈਠੇ ਹਾਂ, ਸਾਡੇ ਨਾਲ ਉਹਨਾਂ ਨੇ ਪੰਗੇ ਕਿਉਂ ਨਹੀਂ ਲਏ? ਮੈਨੂੰ ਪਹਿਲੇ ਇਹ ਦੱਸੋ, ਤੁਹਾਨੂੰ 20 ਵਾਰੀ ਸਮਝਾਇਆ, ਅਗਰ ਉਹ ਤੁਹਾਨੂੰ ਬੁਲਾਉਂਦੇ ਵੀ ਨੇ ਤਾਂ ਤੁਸੀਂ ਜਵਾਬ ਹੀ ਨਾ ਦਵੋ। ਉਹਨਾਂ ਕਿੰਨੀ ਵਾਰੀ ਬੁਲਾਇਆ? ਅੱਛਾ, ਮੈਂ ਰਾਤੀ ਉਸ ਨਾਲ ਅਲੀ ਗੱਲ ਕੀਤੀ ਹੈ, ਮੈਂ ਉਹਦੇ ਨਾਲ ਗੱਲ ਹੀ ਨਹੀਂ ਕੀਤੀ। ਵੈਸੇ ਗੱਲ ਮੈਂ ਦੱਸਣਾ, ਅੱਗੂ ਵਾਸਤੇ ਅਗਰ ਤੁਹਾਨੂੰ ਉਹ ਕੁਝ ਕਹਿੰਦੇ ਵੀ ਨੇ ਨਾ, ਤੁਸੀਂ ਉਹਨੂੰ ਬੁਲਾਓ ਹੀ ਨਾ। ਇੱਕ ਵਾਰੀ ਤੁਹਾਨੂੰ ਕਹਿ ਹੜਿਆ, ਉਹਨੂੰ ਬੁਲਾਣਾ ਨਹੀਂ ਹੈ। ਮੇਰੇ ਦਿਮਾਗ ਹੈ, ਮੈਂ ਉਸ ਦੇ ਮੁਤਾਬਿਕ ਬੰਦੇ ਦੇ ਨਾਲ ਗੱਲ ਕਰੇ ਦਾ ਨਾ, ਮੈਂ ਕਦੀ ਨਹੀਂ ਨਾ ਕਦੀ ਡਿਕਟੇਸ਼ਨ ਲਈਏ ਤੇ ਨਾ ਕਦੀ ਕਿਸੇ ਨੂੰ ਦਿੱਤੀ ਹੈ। ਮੈਂ ਉਸ ਆਖਿਆ ਮੇਰੇ ਨਾਲ ਗੱਲ ਕਰ, ਮੈਂ ਉਹਨੂੰ ਆਖਿਆ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਉਹ ਆਖੀ ਮੇਰੇ ਨਾਲ ਗੱਲ ਕਰ, ਮੈਂ ਆਖਿਆ ਤੇਰੇ ਨਾਲ ਗੱਲ ਕਰੇ ਨਾ, ਤੂੰ ਕੈਮਰਾ ਆਣ, ਤੂੰ ਵੀ ਕਰ, ਮੈਂ ਵੀ ਕਰੇ ਨਾ, ਕਿਉਂ ਮੈਨੂੰ ਪ੍ਰਵੋਕ ਕਰੇ ਇਹ ਮੇਰੇ ਨਾਲ ਬਦਤਮੀਜ਼ੀ ਕਰੇ ਸੀ, ਤੇ ਮੈਂ ਅੱਗੋਂ ਸ਼ਾਦਮੀਅਤ ਕਰੇ ਸਾਂ, ਮੈਂ ਉੱਥੇ ਤਾਂ ਗੱਲ ਵੰਜਣ ਹੀ ਨਹੀਂ ਦਿੱਤੀ ਆਪਣੇ ਦੋਸਤਾਂ ਨੂੰ, ਮੈਂ ਆਖਿਆ ਥੱਲੇ ਆ ਜਾਓ, ਅੱਲਾ ਖੈਰ ਸਲ। ਅੱਛਾ, ਅਦਨਾਨ ਰਸ਼ੀਦ ਦੀ ਡਿਬੇਟ ਕਿਸੇ ਨੇ ਵੇਖੀ ਹੈ ਨਾਦਰ ਨਾਲ? ਨਾਦਰ ਨਾਲ ਕਿੱਥੇ ਹੋਈ ਡਿਬੇਟ? ਨਾਦਰ ਦੀ ਬਰਾਡ ਤੇ ਅਦਨਾਨ ਰਸ਼ੀਦ ਆਇਆ ਸੀ? ਹਾਂ, ਮੈਂ ਤੁਹਾਨੂੰ ਰਿਕਾਰਡਿੰਗ ਭੇਜਦਾ। ਉਹ ਨਾਦਰ ਨੇ ਉਹਨੂੰ ਪੂਰਾ ਅੱਧਾ ਘੰਟਾ ਗਾਲੀਆਂ ਕੱਢਦਾ ਰਿਹਾ। ਨਾਦਰ ਨੂੰ ਨਾਦਰ ਗਾਲੀਆਂ ਕੱਢਦਾ ਰਿਹਾ? ਹਾਂ ਜੀ, ਮੁਸਲਸਲ ਗਾਲੀ, ਉਸਦੀ ਮਾਂ, ਭੈਣ, ਸਭ ਨੂੰ, ਸਾਰੇ ਜਿਤਨੇ ਵੀ ਅਕਾਬਰ ਸਨ ਉਹਨਾਂ ਨੂੰ ਗਾਲੀਆਂ ਕੱਢ ਕੇ, ਤੇ ਆਖਰ ਤੇ ਕਹਿੰਦਾ ਮੈਂ ਤਾਂ ਕੋਈ ਗਾਲ ਹੀ ਨਹੀਂ ਕੱਢੀ। ਇੱਕ ਮੈਂ ਅਮਰ ਵੀ ਤੁਹਾਨੂੰ ਇੱਕ ਮੈਂ ਤੁਹਾਨੂੰ ਉਹ ਸੈਨੀ ਦੀ ਉਹ ਰਿਕਾਰਡਿੰਗ ਭੇਜੀ, ਸੁਣ ਲਈਏ। ਹਾਂ, ਮੈਂ ਰਿਕਾਰਡਿੰਗ ਭੇਜਣਾ, ਲਾ ਦਿਓ ਰਿਕਾਰਡਿੰਗ ਆਪਣਾ ਭੇਜਣਾ, ਮੈਂ ਲਾ ਦਿਓ ਉਧਰੋਂ ਹੀ ਪਲੇ ਕਰ ਦਿਓ। ਮੈਂ ਹੁਣ ਦੋ ਮੋਬਾਈਲ ਡਰਾਈਵ ਕਰਦੇ, ਮੁਸ਼ਕਿਲ ਹੁੰਦਾ ਤੇਰਾ। ਮਲਿਕ ਇਮਰਾਨ ਨੂੰ ਦਿਓ, ਇਹ ਪਲੇ ਕਰ ਦਿੰਦੇ। ਹਾਂ, ਮੈਨੇ ਸਾਫ ਸ਼ੂਟਰ ਸੈਂਡ ਕਰ। ਮਰਜ਼ਾਈ ਹੁਣ ਬੰਨੀ ਇਸਰਾਈਲ ਨਾ, ਇਹਨਾਂ ਨੂੰ ਤੁਸੀਂ ਜ਼ਿਹਨ ਚ ਰੱਖਿਆ ਕਰੋ ਬਈ ਇਹਨਾਂ ਨੇ ਕਿਸੇ ਵੀ ਵਕਤ ਸ਼ਾਦਮੀਅਤ ਕਰ ਦੇਣੀ ਹੈ। ਇਹਨਾਂ ਨਾਲ ਬਹਿ ਕੇ ਸੋਫਾ ਨਾ ਚੈੱਕ ਕਰਿਆ ਕਰੋ ਵੀ ਸੋਫਾ ਕੰਫਰਟੇਬਲ ਹੈ ਜਾਂ ਨਹੀਂ। ਸਿੱਧੀ ਸਿੱਧੀ ਜਿਹੜੀ ਗੱਲ ਕਰਨੀ ਕਰੋ, ਨਹੀਂ ਤੇ ਪਿੱਛੇ ਹਟ ਜਾਓ, ਪਿਛਾ ਰਹੋ, ਇਹਨਾਂ ਤੋਂ ਦੂਰ ਰਹੋ। ਜਿਹੜੇ ਬੰਦੇ ਤੁਹਾਡੇ ਨਬੀ ਦਾ, ਤੁਹਾਨੂੰ ਪਤਾ ਹੀ ਨਹੀਂ ਹੈ ਤੁਹਾਡੇ ਨਬੀ ਦਾ ਇਤਰਾਮ ਹੈ ਕਿੰਨਾ। ਮੇਰੇ ਖਿਆਲ ਹੌਲੀ ਹੌਲੀ ਨਾ
ਆਦੀ ਹੋ ਚੱਲੇ ਹੋ ਨਬੀ ਦੀ ਗੁਸਤਾਖੀ ਸੁਣਨ ਦੇ। ਇੱਕ ਵਾਰੀ ਜਿਹੜੇ ਬੰਦੇ ਕੋਲ ਸੁਣ ਲਈ ਬਸ ਪਿੱਛਾ ਨਾ ਹੋ, ਕਮ ਅਜ਼ ਕਮ ਕੋਈ ਹਫ਼ਤਾ ਮਹੀਨਾ ਉਹਦੇ ਨਾਲ ਮੂੰਹ ਮੋਟਾ ਕਰ ਛੱਡੋ ਭੈੜਿਓ। ਉਹ ਕਈ ਇੱਕ ਦਿਨ ਹੋਈ ਤੇ ਦੂਜੇ ਦਿਨ ਫਿਰ ਜਾ ਕੇ ਉੱਥੇ ਚਾੜ ਕੇ ਅਸਲਾਮ ਅਲੈਕਮ ਕਰਦੇ ਪਏ ਹੋ। ਮਖਸੂਸ ਗੱਲ ਕਰਨੀ ਹੈ ਜਾ ਕੇ ਟੂ ਦੀ ਪੁਆਇੰਟ ਉਹਨਾਂ ਨਾਲ ਕੋਈ ਗੱਲ ਕਰਨੀ ਨਹੀਂ। ਕਿਹੜੀ ਚਲਾਉਣੀ ਹੈ ਆਡੀਓ ਸ਼ਾਪ ਸ਼ੋਟਰ? ਇੱਕ ਦੇ ਉੱਤੇ ਲਿਖਿਆ ਤਮਾਮ ਮਕਾਤਬ ਤੇ ਫਿਕਰ ਕੋ ਦੋਨੇ ਚਲਾਣਾ, ਦੋਨੇ ਉਸੇ ਦੀਆਂ ਨੇ ਨਾ। ਅੱਛਾ ਠੀਕ ਹੈ, ਸੁਣੋ ਕੋਈ ਵੀ ਮਿਰਜ਼ਾ ਇਸ ਕੋ ਨਹੀਂ ਰੋਕ ਰਹਾ, ਕੋਈ ਵੀ ਮਿਰਜ਼ਾ ਇਸ ਕੋ ਨਹੀਂ ਰੋਕ ਰਹਾ। ਇਸ ਕਾ ਮਤਲਬ ਇਹ ਸਭ ਇੱਕ ਹੀ ਹੈ, ਇਸ ਕਾ ਮਤਲਬ ਇਹ ਸਭ ਇੱਕ ਹੀ ਹੈ, ਇਸ ਕੋ ਕੋਈ ਵੀ ਨਹੀਂ ਰੋਕ ਰਹਾ, ਇਸ ਕੋ ਕੋਈ ਵੀ ਨਹੀਂ ਰੋਕ ਰਹਾ, ਇਹ ਸਭ ਹੀ ਇੱਕ ਹੈ। ਬੱਚੋ ਕੋ ਗੋਦਾਂ ਮੇ ਬਿਠਾਤੇ ਹੈ ਮੁਫਤੀ ਅਬਦੁਲ ਅਜ਼ੀਜ਼, ਬੱਚੋ ਕੋ ਗੋਦਾਂ ਮੇ ਬਿਠਾਤਾ ਥਾ ਵੋ ਕਿਸ ਨਬੀ ਕਾ ਮਾਰਨੇ ਵਾਲਾ ਤੋ ਬਤਾਓ ਤੇਰੀ ਅਸੀਂ ਤੇ ਮਾਈਕੋ ਰੱਬ ਬਾਬੂ ਸੀ ਉਹਦਾ ਮਾਈਕੋ ਬੱਚਾ ਨਹੀਂ ਹੋ, ਆਪਣੀ ਬੇਟੀ ਕੋ ਮੇਰੇ ਪਾਸ ਭੇਜ, ਮੈਂ ਬਤਾਊਂਗਾ ਕਿਤਨਾ ਬੜਾ ਹੋ ਮੈਂ। ਬੋਲ ਬੱਚਾ ਨਹੀਂ ਹੋ, ਬੇਗੈਰਤ ਇਨਸਾਨ, ਬੋਲ ਮਾਈਕੋ ਪਤਾ ਚੱਲੇ ਮਿਰਜ਼ਾ ਕੀ ਲਾਸ਼ ਕੱਸੀ ਹੋਤੀ ਹੈ। ਉਹ ਬੋਲ ਨਾ, ਹੁਕਮਰਾਨ ਚੋਰ, ਤੁਹਾਰੇ ਮੌਲਵੀ ਲੋਟੇ, ਉਲਮਾ ਲੋਟੇ ਬਾਜ਼, ਤੁਹਾਰੇ ਮੁਫਤੀ ਲੋਟੇ ਬਾਜ਼, ਤੁਹਾਰੇ ਮੁਜਾਹਿਦੀਨ ਖਤਮੇ ਨਬੂਤ ਲੋਟੇ ਬਾਜ਼, ਤੁਹਾਰੀ ਔਰਤੇ ਟਿਕਟੋਕ ਕੇ ਉੱਪਰ ਨੰਬਾ ਨਾਚ ਕਰ ਰਹੀ ਹੈ, ਤੁਮਨੇ ਆਪਣੀ ਬੱਚਿਓ ਕੋ ਲਾਲੀਵੁੱਡ ਮੇ ਭੇਜ ਦਿਆ, ਤੁਮਨੇ ਆਪਣੀ ਬੱਚਿਓ ਕੋ ਡਰਾਮਾ ਇੰਡਸਟਰੀ ਮੇ ਭੇਜ ਦਿਆ, ਵੋ ਵਕੀਆਂ ਦਿਖਾਤੀ ਫਿਰਦੀ ਹੈ ਆਪਣੀ। ਬੋਲੀ ਜਾ ਸੁਣ ਰਹੇ, ਮੈਂ ਸਭ ਕੁਝ ਸੁਣਾ ਰਹਾ ਹਾਂ। ਹਾਂਜੀ ਮੈਂ ਚਾਹਤਾ ਸਭ ਸੁਣੇ, ਹਾਂ ਤੋ ਸੁਣੋ, ਮਿਰਜ਼ਾ ਕੀ ਰਾਸ ਕੋ ਸੁਣੋ, ਉਹ ਮੈਂ ਤੁਹਾਰਾ ਰੂਪ ਦੁਨੀਆ ਕੋ ਬਤਾ ਰਹਾ ਹੂੰ ਮੈਂ, ਯੇ ਮਿਰਜ਼ਾ ਕੀ ਬਾਤ ਹੈ ਸੁਣੋ, ਕੋ ਨਾ ਪਾਕਿਸਤਾਨ ਬਣਾਇਆ ਹੋਇਆ ਨਾ, ਯੇ ਮਿਰਜ਼ਾ ਕਾ, ਯੇ ਮਿਰਜ਼ਾ ਕਾ ਫਲ ਹੈ, ਡਾਕੂ ਜ਼ਾਨੀ ਸ਼ਰਾਬੀ ਕਬਾਬੀ, ਯੇ ਮਿਰਜ਼ਾ ਕਾ ਫਲ ਹੈ ਭਾਈ, ਯੇ ਤੁਹਾਡੇ ਮਾਸ਼ਰੇ ਕਾ ਖੁਲਾਸਾ ਹੈ, ਯੇ ਤੁਹਾਡੇ ਮਾਸ਼ਰੇ ਕਾ ਖੁਲਾਸਾ ਹੈ, ਤੁਮਨੇ ਪਾਕਿਸਤਾਨ ਕੋ ਨਾ ਪਾਕਿਸਤਾਨ ਬਣਾ ਦਿਆ ਹੈ, ਤੁਮਨੇ ਪਾਕਿਸਤਾਨ ਕੋ ਨਾ ਪਾਕਿਸਤਾਨ ਬਣਾ ਦਿਆ ਹੈ, ਯੇ ਮਿਰਜ਼ਾ ਕਾ ਫਲ ਹੈ ਭਾਈ, ਆਪ ਜੋ ਜ਼ਮਾਨੇ ਕੇ ਇਮਾਮ ਕਾ ਇਨਕਾਰ ਕਰਤੀ ਹੈ, ਵੋ ਡਾਕੂ ਜ਼ਾਨੀ ਸ਼ਰਾਬੀ ਕਬਾਬੀ ਲੁਟੇਰੀ ਬੇਗੈਰਤ ਕਬਰ ਪਰਸਤ, ਯੇ ਮਿਰਜ਼ਾ ਕੀ ਔਲਾਦ ਹੈ, ਯੇ ਤੁਮਨੇ ਮਾਸ਼ਰੇ ਕਾ ਖੁਲਾਸਾ ਹੈ, ਸਭ ਦੇ ਦੇ ਮੇਰੇ ਕੋਈ ਮਿਰਜ਼ਾ ਕਾ ਖੁਲਾਸਾ ਹੈ, ਕੋਈ ਕਾਮ ਕੀ ਬਾਤ ਕਰ, ਅਗਰ ਤੂੰ ਹਲਾਲੀ ਮਾਂ ਕਾ ਬੱਚਾ ਹੈ, ਆ ਕੁਰਾਨ ਕੀ ਆਇਤ ਕੇ ਉਪਰਾ, ਮੈਨੇ ਤੁਝੇ ਕਿਹਾ ਯੇ ਮਿਰਜ਼ਾ ਕੀ ਔਲਾਦ ਹੈ ਭਈ, ਸਭ ਸੁਣ ਲੈ, ਯੇ ਮਿਰਜ਼ਾ ਕੀ ਔਲਾਦ ਹੈ, ਯੇ ਮਿਰਜ਼ਾ ਕੀ ਔਲਾਦ ਹੈ, ਸਭ ਸੁਣ ਲੈ, ਆਇਤ ਕੇ ਆਦੇ ਤੁਮ ਲੋਗ ਵੀਰਾ ਮੰਨੇ ਜਾ ਰਹੇ ਹੋ, ਤੁਮ ਸਭ ਸੁਣ ਲੋ ਕਿ ਯੇ ਮਿਰਜ਼ਾ ਕਾ ਦਿਆਨੀ ਕੀ ਜ਼ਰੂਰੀਅਤ ਹੈ, ਇਹ ਡਰਾਮੇ ਚਲਾਉਣ ਵਾਲੇ ਮਿਰਜ਼ਾ ਕਾ ਦਿਆਨੀ ਕੀ ਜ਼ਰੂਰੀਅਤ ਹੈ, ਸਭ ਸੁਣ ਲੋ, ਓਏ ਵੀਰਾ ਮੰਨੇ ਚਲਾਉਣ ਵਾਲੇ ਮੁਸਲਮਾਨ, ਸਭ ਸੁਣ ਲੋ, ਸਭ ਸੁਣ ਲੋ, ਸਭ ਸੁਣ ਲੋ, ਯੇ ਮਿਰਜ਼ਾ ਕੀ ਜ਼ਰੂਰੀਅਤ ਹੈ, ਨਹੀਂ ਬਤਾਏਗਾ ਭਾਈ, ਇਹ ਨਹੀਂ ਬਤਾਏਗਾ, ਹਾਂ ਹਾਂ, ਤੂੰ ਭੋਕ ਲੈਣਾ ਪਹਿਲੇ, ਫਿਰ ਬਤਾਏਗੇ ਬੱਚ, ਤੂੰ ਭੋਕ ਲੈ,
गला सूख गया बच्चे पानी पी ले पानी पी ले पानी पी ले और गालियां निकाल और गालियां निकाल ताकि सबको पता चले कि मिर्जा की औलाद कैसी होती है। बच्चे पानी पी ले पानी पी ले और गालियां निकाल ताकि सबको पता चले मिर्जा की औलाद कैसी होती है। मेरा गलत तो भी वाम आज, आज हम जीत गए आज हम जीत गए अल्लाह अकबर आज हम जीत गए आज अल्लाह ने हमें आज अल्लाह ने हमें फतेह दी है आज अल्लाह ने हमें फतेह दी है अल्लाह ने आज साबित कर दिया कि ये दज्जाल और मकर एक आयत सही नहीं पढ़ पाया तू कैसे जीत गया तेरा गला खुश तू बोल रहे हो तुम्हारी तारीख में एक किसी मर्द के साथ तारीख में जमात के और पाओ के अंदर घुंगरू पहन और लहंगा पहन के थातैया थातैया कर सब सुनने के भी मिर्जा की जुबान बोल रहा है ये सब सुनने मिर्जा की जुबान बोल रहा है करना तेरे सब सुनने मिर्जा की जुबान आ रहा मैदान में आ रहा बच्चे मैदान में आ मैदान में ही हो क्यों है घर ले जा रहा है नहीं तो भौंकने के लिए मैदान में भौंकने के लिए मैदान में खड़ा हो कुत्ते तो बहुत है खड़ा हो पागल कुत्ते तो बहुत है खड़ा हो मैदान में पागल कुत्ते तो बहुत है दुनिया में तू भौंकने के लिए मैदान में खड़ा है मैदान से वो लोग भागते हैं जो हमारे तबलीग के ऊपर पाकिस्तान में पाबंदी लगा भाई पागल कुत्ता है तू जो भौंक जा रहा है मैदान में आना अगर इतने बड़े मर्द के बच्चे हो पाकिस्तान से मिर्जा की औलाद मिर्जा की औलाद से पाबंदी बहुत मत बात करना कोई आर्ग्यूमेंट है तुम्हारे पास आर्ग्यूमेंट है हम लोग शेर है तू तो गली का कुत्ता है भाई भौंक रहा गली के कुत्तों की तरह भौंक रहा है नहीं नहीं तू तू भाई मैंने अभी तक तेरी बहन का नाम नहीं लिया तेरी माँ का नाम नहीं लिया क्योंकि ये मेरी तरबियत है मैं मोहम्मद का मानने वाला हूँ मैं और तू मिर्जा का मानने वाला है ये फर्क है हमें मैंने तेरी बहन का नाम नहीं लिया तेरी माँ का नाम नहीं लिया मैं मोहम्मद का मानने वाला सल्लल्लाहु अलैहि वसल्लम की मिर्जा का मानने वाला है हमारी जुबान से पता चल रहा है हो गया बात तो देखो कोई भी पर नहीं बचे ये भागने नहीं दूंगा तुझे तू जितनी मर्जी भौंक जितना मर्जी भौंक अच्छा अब बात क्या है कोई मिर्जाई है बात करने वाला कोई है मिर्जाई बात करने वाला ये नाते पढ़ना क्यों शुरू कर दिया तुमने ये नीचे मेरे कमेंट पढ़ दी नीचे मेरे कमेंट कमेंट में क्यों पढूं जो तू काफी है भाई सांस क्यों ले रहा है बोल ना आवाज से काट दे ऐसी तैसी चल निकाल बात कर बात कर सी की जान लोगे कुरान देखो भाई कह रहा चल ना घर लेके जाना है यार मेरी बात सुन घर लेके जाना है तेरी तस्वीरें जब लगेंगी फिर तुझे पता चलेगा तेरी तस्वीरें जब लगेंगी डर क्यों रहा है जब लगेंगी मैं सबसे रिक्वेस्ट करता हूँ इसकी तस्वीरें लगाओ प्यार से क्यों कह रहे सबसे रिक्वेस्ट मैं सबसे रिक्वेस्ट कर रहा हूँ इसकी तस्वीरें लगाओ घर में कोई बेटी छोड़ी हुई है ये पूरी दुनिया में फैलेगी रिकॉर्डिंग ये पूरी दुनिया में फैलेगी लोगों को पता चलेगा मिर्जाई किसको कहते हैं
पूरी दुनिया को पता चलेगा मिर्ज़ाई किसको कहते हैं। अभी पूरी दुनिया को पता चलेगा। बहुत आई है तुझे, मैंने नहीं छोड़ना आज, तुझे मैंने नहीं छोड़ना। मैं क्या कर रहा हूँ, ये मर चला भाई, ये मर चला, बड़े बड़े सांस ले रहा है जी, बड़े बड़े सांस ले रहा है। ओ मर गया, मर गया, इसको हार्ट अटैक ना हो जाए। लेकिन सांस आ रहे हैं और तेरे माइक के अंदर तेरा सांस फूल रहा है, सबको पता लग रहा है। अच्छा, मेरे माइक के अंदर घुस गया था। अच्छा, अभी अभी सांस ले रहा है भाई, तू मर जाएगा आज तेरी। अच्छा, चलो बात करनी है, नहीं करनी। बाज मौलियों के फॉलोअर, लौंडे बाज मौलियों के फॉलोअर, अगर अगर यही कादियानियत है, अगर यही कादियानियत है तो लानत है इस कादियानियत पे। अगर यही कादियानियत है, नशीनों के फॉलोअर, कब्रों के पुजारी, टॉपिक पे आ जाना, अपनी बच्चियों को टिकटॉक के ऊपर नंगा पे आ जाना। डर क्यों रहा है के मुजरे देखने वाले यार, डर क्यों रहा है, डर क्यों रहा है? टॉपिक पे आ जा यार, टॉपिक पे आ जा। नंगा नचाने वाले, कुछ नाच देखने वाले, खुसरों के नाच देखते हो तुम लोग बगैर तो, कुछ शर्म यार, कर लो यार। तू टॉपिक पे आ जाना, अपनी शादियों में खुसरे नचाते हो। डर क्यों रहा यार, मोर बुद्धि क्यों पड़ गई है? तू डर क्यों रहा है? तू डर क्यों रहा है? डर क्यों रहा है? औकात है अपनी बच्चियों को तुम लोगों ने टिकटॉक के ऊपर भेज। डर क्या, डर क्या बच्चे बच्चे? नहीं डर नहीं हुआ अभी तो, मैं अभी मैं भोंक ले, भोंक ले तू, पांच दस मिनट और भोंक ले। वापस हो बेटा, अभी वार्म अप हो गया। अभी आप मुद्दे पे मुद्दे पे अब तू हमें बता के मिर्जा कादियानी हरामी, हरामजादा, कंजरी, रंडी सबको क्यों बोल रहा था? ये देखे, ये क्यों बोल रहा था? मिर्जा क्यों बोल रहा था? तेरी माँ को बोला है, तेरे बाप को बोला है हरामी, तेरे बाप को बोला है हरामी। अच्छा, नबी करीम सल्लल्लाहु अलैहि वसल्लम ने फरमाया, मिर्जा ने रंडी रंडी कंजरी करीम सल्लल्लाहु फरमाया, तेरी तस्वीरें लगेगी अब, तेरी तस्वीरें लगेगी अब, तेरी तस्वीरें लगेंगी अब, अब तेरी तस्वीरें लगेंगी, अब तेरी तस्वीरें लगेंगी बच्चे, अब तेरी तस्वीरें लगेंगी। तू इसराइल में भी बैठा हुआ, तेरी तस्वीरें लगेंगी। तू इसराइल में भी हुआ ना, तेरी तस्वीरें लगेंगी अब, तेरी तस्वीरें लगेंगी, तेरी तस्वीरें लगेंगी अब। तू अब सबको पता चलेगा तू कौन है, अब सबको चलेगा तू कौन है। तेरी तस्वीरें, तेरी तस्वीरें लगेंगी, सांस निकालो, आवाज निकालो, तेरी तस्वीरें लगेंगी, तेरी तस्वीरें लगेंगी। ये मिर्जा की औलाद है, ये मिर्जा की औलाद है, सब जान ले ये मिर्जा की औलाद है। हीरा मंडिया चलाने वाले ये मिर्जा की औलाद है, देख लो इसकी जुबान से, देख लो ये मिर्जा की औलाद है, इसकी जुबान से देख लो ये मिर्जा की औलाद है, इसकी जुबान से देख लो। हीरा मंडिया चलाते हैं, कोई भी मिर्जा इसको नहीं रोक रहा, कोई भी मिर्जा इसको नहीं रोक रहा। इसका मतलब ये सब एक ही है, इसका मतलब ये सब एक ही है, इसको कोई भी नहीं रोक रहा, इसको कोई भी नहीं रोक रहा, ये सभी एक है। बच्चों को गोदों में बिठाते हैं, मुफ्ती अब्दुल अजीज बच्चों को गोदों में बिठाता था, वो किस नबी को मानने वाला था बताओ? तेरी असीयत थी माइकल, अब ये दोबारा स्टार्ट हो गई है, वो आधी आधी ना, मेरा माइक बंद कर दो। ये पूरा तकरीबन 50-60 मिनट गालियां निकालता रहा है, और ये कितने जहनी मरीज हैं, ये नीचे कह रहे हैं ये बबर शेर है यार, का खुदा की कसम इनके ऊपर हंसी आती है। हाँ हाँ हाँ, अननोन यूनिवर्स इसको चित्रोल बोलते हैं, गालियां देना, दूसरे की मतलब इंसल्ट करना और उनको जलील करना, और ये मिर्जा की सुनत पूरी करते हैं। ये अपना ही फायदा किया सू, अपना ही फायदा किया सू, कादियानियां दे मिर्जाइयां दे बारे जेड़े बंदे नू नहीं भी पता, वह सुने
ਤੇ ਉਹਦੇ ਦਿਲ 'ਚ ਹੋਰ ਸਾਫਟ ਕਰਨਾ ਪੈਦਾ ਹੋਏਗਾ ਕਿ ਬੜੀ ਮਾਸੂਮ ਜੇ ਅਤੇ ਮਜ਼ਲੂਮ ਜੇ ਅਤੇ ਬੇਜ਼ਰਰ ਜੀ ਕਮਿਊਨਿਟੀ ਹੈ, ਜਿਸ ਤਰ੍ਹਾਂ ਪਾਕਿਸਤਾਨੀ ਅੱਖ 'ਚ ਪਾਏ ਨਹੀਂ ਰੜਕਦੇ। ਉਸਨੇ ਟਵਿੱਟਰ 'ਤੇ ਵੀ ਲਾਈਵ ਕੀਤੀ ਦੀ ਆਈ, ਯੂਟਿਊਬ 'ਤੇ ਵੀ ਲਾਈਵ ਕੀਤੀ ਦੀ ਆਈ, 40,000 ਬੰਦਾ ਸੁਣ ਰਿਹਾ ਸੀ, 40,000। ਮੈਂ ਉਹੀ ਪਿਆਰਸ ਕਰਨਾ ਨਾ ਕਿ ਜੋ ਕੁਝ ਉਹਨੇ ਕੀਤਾ ਆਪਣੇ ਆਪ ਨਾਲ ਹੀ ਕੀਤਾ, ਮਰਜ਼ਾਈਆਂ ਨਾਲ ਹੀ ਕੀਤਾ, ਕੀ ਫਰਕ ਪੈ ਜਾਂਦਾ? ਫਰਜ਼ ਕਰ ਲਓ ਮੈਨੂੰ ਬੁਲਾ ਲੈਂਦਾ, ਮੈਂ ਚੱਲ ਜਾਂਦਾ ਵਾਂ, ਮੈਨੂੰ ਉਹ ਗਾਲਾਂ ਕੱਢ ਲੈਂਦਾ, ਕੀ ਫਰਕ ਪੈ ਜਾਏਗਾ ਉਹਦੇ ਨਾਲ? ਗਾਲਾਂ ਕੱਢ ਕੇ ਇਹ ਬਕਵਾਸ ਜਿੰਨੀ ਹੈ ਇਹਦੇ 'ਚ ਕੀ ਹੈ? ਉਹ ਤੁਹਾਡੇ ਖੁਸਰੇ ਨੱਚਦੇ ਪਏ ਨੇ ਵਿਆਹਾਂ 'ਤੇ, ਉਹ ਤੁਹਾਡੇ ਉੱਥੇ ਰੰਡੀਆਂ ਬੈਠੀਆਂ ਨੇ, ਉਹ ਕੰਜਰੀਆਂ, ਇਹ ਕਿਹੜੀ ਕਿਹੜੀ ਗੁਫ਼ਤਗੂ ਹੋ ਰਹੀ? ਇਹ ਕੋਈ ਇਲਮ ਗੁਫ਼ਤਗੂ ਨਹੀਂ, ਇਹਦੇ 'ਚ ਕੋਈ ਜਿੱਤ ਹਾਰ ਤਾਂ ਹੈ ਨਹੀਂ, ਇਹ ਤਾਂ ਇੱਕ ਬਕਵਾਸ ਸਿਆਹਤ ਹੈ। ਇਹਦੇ ਨਾਲ ਤੁਸੀਂ ਆਪਣੀ ਨਫ਼ਰਤ ਪੈਦਾ ਕਰਦੇ ਹੋ। ਅਗਰ ਫਰਜ਼ ਕਰੋ ਅਸੀਂ ਵੀ ਕਰਦੇ ਹਾਂ ਨਾ, ਅਸੀਂ ਵੀ ਇਹ ਕੰਮ ਕਰਦੇ ਹਾਂ ਕਿਸੇ ਨੂੰ ਬੁਲਾ ਕੇ ਉਹਦੇ ਨਾਲ ਇਸ ਤਰ੍ਹਾਂ ਲਾਲਾ ਲਾਲਾ ਕਰਦੇ ਹਾਂ ਨਾ, ਅਸੀਂ ਵੀ ਉਹਦੇ ਦਿਲ 'ਚ ਹੋਰ ਨਫ਼ਰਤ ਪੈਦਾ ਕਰਾਂਗੇ, ਇਹ ਗੱਲ ਠੀਕ ਹੈ, ਲੇਕਿਨ ਸਾਨੂੰ ਤਾਂ ਤੁਹਾਡੀ ਮੁਹੱਬਤ ਦੀ ਜ਼ਰੂਰਤ ਹੀ ਨਹੀਂ ਹੈ। ਅਸੀਂ ਤਾਂ ਚਾਹੁੰਦੇ ਹੀ ਨਫ਼ਰਤ ਪੈਦਾ ਕਰਨੀ ਆ, ਅਸੀਂ ਤਾਂ ਚਾਹੁੰਦੇ ਹੀ ਹਾਂ ਕਿ ਮਿਰਜ਼ਾਈਆਂ ਦੇ ਦਿਲਾਂ 'ਚ ਸਾਡੀ ਨਫ਼ਰਤ ਰਹੇ ਔਰ ਪਿੱਛੇ ਰਹਿਣ ਸਾਡੇ ਤੋਂ, ਸਾਡੇ ਨੇੜੇ ਨਾ ਲੱਗਣ। ਇਹ ਜਿਹੜੇ ਨੇ ਜਿਹੜੇ ਆਉਂਦੇ ਨੇ ਸਾਡੇ ਮੁਸਲਮਾਨ ਭਰਾ ਨੇ, ਇਹ ਜਿਹੜੇ ਆਉਂਦੇ ਨੇ ਕਿ ਅਸੀਂ ਐਸੇ ਮੁਸਲਮਾਨ ਉਮਰ ਦਾ ਹਿੱਸਾ ਵਾਂ, ਇਹ ਆਪਣੇ ਵਾਸਤੇ ਟੋਇਆ ਕੱਢਣ ਲੱਗੇ ਨੇ। ਇਸ ਗੱਲੇ ਕਰਕੇ ਜੋ ਕੋਈ ਉਹਨੂੰ ਕੀਤਾ ਮੇਰੀ ਨਜ਼ਰ ਦੇ ਮੁਤਾਬਕ ਆਪਣੇ ਆਪ ਨਾਲ ਹੀ। ਮੈਨੇ ਗੱਲ ਦੱਸੋ ਤੁਸੀਂ ਅਮਰ ਬਈ, ਇਹ ਥੱਲੇ ਜਿਹੜੇ ਲਿਖ ਰਹੇ ਨੇ ਇੱਥੇ ਅਤੇ ਉੱਥੇ ਵੀ ਸਾਰੇ ਲਿਖ ਰਹੇ ਸਨ ਨਾਦਰ ਬਾਈ ਨੇ ਰੁ ਯੇ ਕਰ ਦਿਆ ਹੈ, ਨਾਦਰ ਬਾਈ ਨੇ ਇਸਕੋ ਚੀਰ ਕੇ ਰੱਖ ਦਿਆ ਹੈ, ਨਾਦਰ ਬਾਈ ਨੇ ਫਲਾਨ। ਯਾਰ ਇਹ ਕੀ ਜੇ ਕਿਸ ਕਿਸਮ ਦੇ ਲੋਕ ਨੇ, ਮੈਨੂੰ ਤੇ ਹੈਰਾਨੀ ਵੀ ਆਉਂਦੀ ਹੈ। ਉਹ ਗਾਲੀਆਂ ਥੱਲੇ ਲਿਖ ਰਹੇ ਨੇ ਕਿ ਯਾਰ ਇਹ ਬੱਬਰ ਸ਼ੇਰ। ਹਾਂਜੀ ਹਾਂਜੀ, ਇੱਕ ਮਿੰਟ, ਗਰੁੱਪ ਵਿੱਚ ਇੱਕ ਆਡੀਓ ਸੈਂਡ ਕੀਤੀ, ਜ਼ਰਾ ਉਹਨੂੰ ਪਲੇ ਕਰ, ਜ਼ਰਾ ਇਹਨਾਂ ਨੂੰ ਨਾਦਰ ਦੀ ਹਕੀਕਤ ਪਤਾ ਲੱਗੇ, ਇਲਮੀ ਔਕਾਤ ਕਿਵੇਂ ਦੀ। ਇੱਕ ਮਿੰਟ ਠਹਿਰੋ, ਫਿਰ ਨਹੀਂ, ਮੈਂ ਆਪਕੋ ਗੁਫ਼ਤਗੂ ਨਹੀਂ ਕਰਨੇ ਦੂੰਗਾ, ਉਸਕੀ ਵਜ੍ਹਾ ਯੇ ਹੈ ਕਿ ਆਪਨੇ ਨਾ ਮਿਆਰ ਛੋੜ ਦਿਆ ਹੈ, ਆਪ ਮੁਨਾਜ਼ਰਾ ਹਾਰ ਚੁੱਕੇ ਹੈ। ਬਸ ਆਪਕੀ ਸੀਰਤ ਪਰ ਉਸ ਵਕਤ ਬਾਤ ਹੋਗੀ ਜਬ ਆਪ ਨਬੂਵਤ ਕੇ ਕਾਇਲ ਹੋ ਜਾਏਂਗੇ। ਜਬ ਆਪ ਨਬੂਵਤ ਕੇ ਕਾਇਲ ਨਹੀਂ ਹੈ, ਮੈਂ ਆਪਕੋ ਕਿਉਂ ਦਲਾਇਲ ਦੂੰ ਭਾਈ? ਇਸਕੇ ਸਾਥ ਮੇਰੀ ਬਾਤ ਕਰਵਾਨੀ ਸੂਰਤੁੱਲਾ ਭਾਈ, ਇਸ ਮੁਰੱਬੀ ਕੇ ਸਾਥ ਮੇਰੀ ਬਾਤ ਕਰਵਾਨਾ ਚਾਹਤਾ ਹੂੰ ਮਿਰਜ਼ਾ ਸਾਹਿਬ ਕੀ ਸੀਰਤ ਔਰ ਕਰਦਾਰ। ਯਾਰ ਦੁਨੀਆ ਗਲੋਬਲ ਵਿਲੇਜ ਬਣ ਚੁੱਕੀ ਹੈ, ਕੈਨੇਡਾ ਸੇ ਲੇਕਰ ਆਸਟ੍ਰੇਲੀਆ। ਆਪ ਦੇਖ ਲੇ ਯੇ ਮਿਰਜ਼ਾਈ ਕਿਸ ਕਿਸਮ ਕੇ ਹੈ, ਕਿ ਵੋ ਵਹਾਂ ਪੇ ਜ਼ੂਰੇ ਪਾਕ ਕੀ ਜੋ ਹੈ ਗੁਸਤਾਖੀਆਂ ਕਰਤਾ, ਔਰ ਯੇ ਹਮੇ ਕਹਿ ਰਹੇ ਕਿ ਜਬ ਵਲਾਈ ਵਾਂ ਨਾ ਜਾ ਕੇ ਵਹਾਂ ਪੇ ਸੁਨੋ। ਯੇ ਇਨਕਾ ਮਯਾਰ ਹੈ, ਯੇ ਇਨਕਾ ਤਰਬੀਅਤ ਹੈ, ਯੇ ਇਨਕਾ ਤਰੀਕਾ ਕਾਰ ਹੈ। ਗੋ ਪਿਕ ਇਮਾਮ ਕੋ ਲੀਡ ਪ੍ਰਾਇਓ ਔਨ ਫੁਰਕਾਨ। ਯੇ ਆਪ ਮਲਕ ਨਹੀਂ ਮਵਾਨ ਹੈ, ਮਲਕ ਨਹੀਂ ਮਵਾਨ। ਇਸ ਆਡੀਓ ਨਾਲ ਨਾ ਉਹ ਸਿਬਗਤੁੱਲਾ ਸਾਹਿਬ ਕੋਲੋਂ ਨਾ ਦੂਜੀ ਆਡੀਓ ਵੀ ਲਓ, ਜਿਹਦੇ 'ਚ ਉਹਨੂੰ ਕਹਿੰਦਾ ਹੈ ਕਿ ਤੂੰ ਮਿਰਜ਼ਾਈ ਹੋ ਜਾ, ਤੈਨੂੰ ਬੀਵੀ ਵੀ ਲੱਭ ਜਾਏਗੀ, ਬੱਚੇ ਵੀ ਲੱਭ ਜਾਣਗੇ। ਉਹ ਦੋਵੇਂ ਜੋੜ ਕੇ ਨਾ ਤੇ ਦੋਵੇਂ ਇਕੱਠੀਆਂ 'ਚ ਲਓ, ਇਹਨਾਂ ਨੂੰ ਪਤਾ ਲੱਗੇ ਕਿ ਸਿਬਗਤੁੱਲਾ ਕਾਰੀ ਸਿਬਗਤੁੱਲਾ ਨੂੰ ਇਹਨਾਂ ਨੇ ਇੰਨਾ ਕੁ ਗੁਮਰਾਹ ਕੀਤੇ ਅਸੀਂ, ਅਤੇ ਉਹ ਮਿਰਜ਼ਾਈ ਹੋਣ ਵਾਲਾ ਸੀ। ਅਤੇ ਵਟਸਐਪ 'ਤੇ ਸਾਡੇ ਨਾਲ ਮੁਲਾਕਾਤ ਹੋ ਗਈ, ਨਸੀਬ ਨੇ ਜਿਸ 'ਤੇ ਜੋ ਲਿਖਾ ਤਾ ਉਹ ਸਾਡੇ ਨਾਲ ਮੁਲਾਕਾਤ ਹੋਈ, ਅਤੇ ਉਹ ਫਿਰ ਭੌਂਕ ਕੇ ਉਹਨੇ ਆਖਿਆ ਵੀ ਭਾਈ ਆਓ ਮੈਂ ਤੁਹਾਡਾ ਮੁਨਾਜ਼ਰਾ ਕਰਾਉਣਾ। ਇਹਦਾ ਇਹ ਮੁਨਾਜ਼ਰਾ ਤਾਂ ਹੋਇਆ ਬਾਅਦ 'ਚ,
ਪਹਿਲਾਂ ਇਹ ਉਹਨੂੰ ਬੀਵੀ ਵੀ ਤੇ ਬੱਚੇ ਵੀ ਆਫਰ ਕਰ ਰਹੇ ਸਨ, ਤੈਨੂੰ ਬੀਵੀ ਵੀ ਲੱਭ ਜਾਏਗੀ, ਤੈਨੂੰ ਬੱਚੇ ਵੀ ਲੱਭ ਜਾਣਗੇ, ਤੂੰ ਮਰਦਾਈ ਹੋ ਜਾ। ਤੇ ਕਾਰੀ ਸਿਬਗਤੁੱਲਾ ਬੜਾ ਮੁਤਾਸਰ ਸੀ ਇਹਨਾਂ ਦੇ ਚੌਥੇ ਖਲੀਫਾ ਦੇ ਨਾ ਬਿਆਨਾਤ ਤੋਂ, ਤੇ ਉਹ ਮਰਦਾਈ ਹੋਇਆ ਪਿਆ ਸੀ। ਇਹ ਉਸ ਤੋਂ ਬਾਅਦ ਦਾ ਵਾਕਿਆ, ਜਿਸ ਉਹਨੂੰ ਪਤਾ ਲੱਗਾ ਬਈ ਇਹ ਬੰਦਾ ਜਿਹੜਾ ਕਹਿੰਦਾ ਸੀ ਮੈਂ ਹਰ ਗੱਲ ਕਰਨ ਨੂੰ ਤਿਆਰ ਹੈ ਤੇ ਦੌੜ ਗਿਆ ਅਮਰ ਦੇ ਸਾਹਮਣੇ, ਫਿਰ ਉਹ ਕਾਰੀ ਸਿਬਗਤੁੱਲਾ ਦੀ ਅੱਖਾਂ ਖੁੱਲੀਆਂ ਨੇ। ਚਲੋ ਮੈਂ ਰਾਬਤਾ ਕਰਨਾ, ਬੜੇ ਟਾਈਮ ਤੋਂ ਰਾਬਤਾ ਮੁਨਕਤ ਹੈ, ਅਮਰ ਬਾਈ ਮਿਲਦੀ ਹੈ ਮੈਂ ਮੰਗਾ ਦੇਣਾ ਦੁਬਾਰਾ ਆਡੀਓ, ਜੇਕਰ ਸੁਣੀ ਹੈ ਨਹੀਂ ਮਹਿਫੂਜ਼ ਰਹੀ ਹਾਂ ਮੈਂ ਮੰਗਾ ਲਾਉਂਗਾ। ਤੁਹਾਨੂੰ ਕਹਿਣਾ ਉਹ ਵੀ ਆਡੀਓ ਦੇ ਜਿਹਦੇ 'ਚ ਕਹਿੰਦਾ ਸੀ ਕਿ ਤੁਹਾਨੂੰ ਬੀਵੀ ਵੀ ਲੱਭ ਜਾਏਗੀ, ਬੱਚੇ ਵੀ ਲੱਭ ਜਾਣਗੇ। ਨਾਦਰ ਨੇ ਗਲਤ ਕੀਆ, ਹਮਾਰੀ ਜਮਾਤ ਇਸ ਕੀ ਜ਼ਬਾਨ ਕੀ ਜ਼ਿੰਮੇਦਾਰ ਨਹੀਂ। ਬਾਈ ਕੌਣ ਹੈ ਤੁਹਾਡੀ ਜਮਾਤ? ਤੁਹਾਡੀ ਜਮਾਤ ਦਾ ਬੰਦਾ ਕਿਹੜਾ ਜਿਹੜਾ ਗਾਲਾਂ ਨਹੀਂ ਕੱਢਦਾ? ਉਹ ਬੰਦਾ ਦੱਸੋ, ਉਹਦਾ ਨਾਂ ਲਓ ਜਿਹੜਾ ਗਾਲੀਬਾਜ਼ ਨਹੀਂ ਹੈ। ਸਾਰਿਆਂ ਦੀ ਇਹੀ ਜ਼ਬਾਨ ਹੈ, ਸਭ ਗਾਲੀਬਾਜ਼ ਨੇ। ਸਲੀਮ ਮੀਰ ਇੱਥੇ ਗਾਲਾਂ ਨਹੀਂ ਕੱਢ ਕੇ ਗਿਆ? ਰਾਜਪਾਲ ਦੀ ਕਿਤਾਬ ਪੜ੍ਹ ਕੇ ਨਹੀਂ ਗਿਆ? ਇਹ ਦੂਜੇ ਜਿੰਨੇ ਸਾਰੇ ਅਮਰ ਭਾਈ, ਨਜ਼ੀਰਾ ਉਸ ਦਿਨ ਚੈਲੰਜ ਕਰ ਰਹਾ ਥਾ ਕਿ ਨਾਦਰ ਹਮਾਰਾ ਸ਼ੇਰ ਹੈ, ਹਮਾਰੀ ਜਮਾਤ ਕਾ ਸ਼ੇਰ ਹੈ, ਉਸਕੇ ਸਾਥ ਬੜੇ ਬੜੇ ਜੋ ਹੈ ਤੁਮ ਲੋਗੋਂ ਕੇ ਮੌਲਾਨਾ ਨਹੀਂ ਬਾਤ ਕਰ ਸਕਤੇ, ਦੋ ਮਿਨਟ ਤੀਨ ਮਿਨਟ ਸੇ ਜ਼ਿਆਦਾ ਨਹੀਂ ਟਿਕ ਸਕਤੇ, ਵੋ ਭਾਗ ਜਾਤੇ ਹੈ ਤੋ ਵੋ ਗਾਲੀਆਂ ਨਿਕਾਲਤਾ ਹੈ ਤੋ ਉਸ ਵਹਾਂ ਪੇ ਸਰਦਾਰ ਬੰਦਾ ਬੈਠ ਕੇ ਕਿਆ ਕਰੇ, ਜੋ ਸ਼ਰੀਫ ਲੋਗ ਹੈ ਜੋ ਗਾਲੀ ਨਹੀਂ ਦੇਤੇ ਵੋ ਵਹਾਂ ਪੇ ਬੈਠ ਕੇ ਕਿਆ ਕਰੇ, ਤੋ ਅਭੀ ਯੇ ਕਹਿ ਰਹੇ ਵੋ ਹਮਾਰੀ ਜਮਾਤ ਸੇ ਤਾਲਕ ਨਹੀਂ ਉਸਕਾ, ਕਿਉਂ ਨਹੀਂ ਹੈ? ਸਿਸਟਰ ਹਮੇ ਪਤਾ ਆਪ ਗਾਲੀ ਨਹੀਂ ਦੇਤੀ ਹੋ, ਲੇਕਿਨ ਆਪਨੇ ਆਪ ਯੇ ਦੇਖ ਲੋ, ਆਪ ਟਿਕਟੋਕ ਪੇ ਆਪਣੇ ਜਿਤਨੇ ਵੀ ਜਮਾਤ ਆਉਂਦੇ ਯੇ ਨਾਦਰ ਕੋ ਦੇਖ ਲੋ, ਫੁਰਕਾਨ ਕਾ ਯੇ ਅਭੀ ਬਾਰ ਬਾਰ ਕਹਿ ਰਹੇ ਹੈ, ਵਹਾਂ ਪੇ ਆਪ ਜਾ ਕੇ ਚੈੱਕ ਕਰੋ, ਵੋ ਜ਼ੂਰੇ ਪਾਕ ਕੀ ਗੁਸਤਾਖੀਆਂ ਕਰ ਰਹੇ ਹੈ। ਮੇਰੇ ਵੱਲ ਸ਼ਾਮ ਤੱਕ ਦੋ ਬੰਦੇ ਨੇ, ਇੱਕ ਸ਼ਾਇਦ ਯੂਕੇ ਦਾ ਤੇ ਇੱਕ ਰਾਹੁਲ ਨਈਮ, ਉਹਨਾਂ ਵੱਲੋਂ ਦੋ ਬੰਦੇ ਮੀਟ ਸਲੀਮ ਤੇ ਨਾਦਰ, ਦੋ ਹੋ ਜਿੰਦ ਤੇ ਦੋ ਮੇਰੇ ਆ ਹੋ ਜੀ, ਉਹਨਾਂ ਦਾ ਮੁਕਾਬਲਾ ਕਰਾ ਦੇ। ਨਹੀਂ ਵੋ ਗੱਲ ਠੀਕ ਹੈ, ਔਰ ਮੈਂ ਯੇ ਨੀਚੇ ਹਮਾਰੀ ਇੱਕ ਜਮਾਤ ਅਹਿਮਦੀਆ ਸੇ ਸਿਸਟਰ ਹੈ, ਯੇ ਮਾਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ ਬਹੁਤ ਜਲਦ ਅੱਲਾ ਕਰੇਗਾ ਇਨਕੋ ਵੀ, ਯੇ ਵੀ ਐਲਾਨ ਤੋ ਦਿਲ ਮੇ ਤੋ ਕਰ ਹੀ ਲਿਆ ਹੈ, ਲੇਕਿਨ ਦੇਖਿਓ ਸਿਸਟਰ ਆਪ ਚੈੱਕ ਜਾ ਕੇ ਪਲੀਜ਼ ਆਪ ਜਾ ਕੇ ਵਹਾਂ ਪੇ ਚੈੱਕ ਕਰ ਲੇ ਫੁਰਕਾਨ ਕੀ ਬਰਾਡ ਪੇ ਕਿਆ ਹੋ ਰਿਹਾ, ਔਰ ਯੇ ਯੇ ਜੋ ਹੈ ਜਮਾਤ ਅਹਿਮਦੀਆ ਕੇ ਲੋਕ ਹਮੇ ਆ ਕੇ ਇਨਵਾਈਟ ਕਰ ਰਹੇ ਹੈ ਕਿ ਆਪ ਵਹਾਂ ਪੇ ਜਾਓ, ਕਿ ਵੋ ਜਾਓ ਦੇਖੋ ਵੋ ਗੁਸਤਾਖੀਆਂ ਹਮ ਕਰ ਰਹੇ ਹੈ, ਜੋ ਕਰਨਾ ਹੈ ਹਮਾਰਾ ਕਰ ਲੋ। ਉਹ ਸਰਵਾ ਸਿਸਟਰ ਜਿਹਨੇ ਇਸਲਾਮ ਕਬੂਲ ਕੀਤਾ ਉਹ ਕੱਲ੍ਹ ਗਈ ਸੀ ਉਹ ਸ਼ੇਬ ਦੀ ਬਰਾਡ ਤੇ, ਤੇ ਉੱਥੇ ਬੜੀਆਂ ਬੜਕਾਂ ਮਾਰਨ ਲੱਗੇ ਤੇ ਨਾਲ ਤਿੰਨ ਚਾਰ ਲਜਨਾ ਵੀ, ਅਸੀਂ ਤੇ ਹਰ ਗੱਲ ਦਾ ਜਵਾਬ ਦੇਣ, ਸਾਡੇ ਨਾਲ ਕੋਈ ਆਵੇ ਤੇ ਸਹੀ, ਅਸੀਂ ਹਰ ਗੱਲ ਜਮਾਤ ਦੀ ਹਰ ਗੱਲ ਦਾ ਜਵਾਬ। ਚੜ ਕੇ ਉਹਨੇ ਕਿਹਾ ਦੱਸ ਕੀਤਾ ਤੇਰਾ ਕੀ, ਕਹਿੰਦਾ ਸਾਡਾ ਤੇ ਕੋਈ ਕੀਤਾ ਨੀ, ਉਹਨੇ ਕਿਹਾ ਦਾਵਾ ਤੇਰਾ ਕੀ, ਕੋਈ ਦਾਵਾ ਨੀ। ਆਹ ਸੁਣਦਾ ਸੁਣਾ, ਬੁਲਾਇਆ ਕਿਸੇ ਜ਼ਫਰੁੱਲਾ ਸ਼ਾਹ ਸਾਹਿਬ ਨੂੰ, ਇਮਤਿਆਜ਼ ਨੂੰ ਮੈਂ ਫੌਰਨ ਠਕਾ ਠੱਕ ਬੁਲਾ ਲਿਆ, ਇਮਤਿਆਜ਼ ਨੂੰ ਤੇ ਚੱਕਿਆ ਹੀ ਨਹੀਂ ਉਹਨਾਂ ਨੇ, ਜ਼ਫਰੁੱਲਾ ਸ਼ਾਹ ਸਾਹਿਬ ਨੂੰ ਚੱਕ ਲਿਆ। ਜੀ ਜੀ, ਮਤਲਬ ਇਸ ਉਹ ਸਰਵਾ ਦੇ ਨਾਲ ਜਿੰਨਾ ਪਹਿਲਾਂ ਤੇ ਬਦਤਮੀਜ਼ੀ ਕੀਤੀ, ਫਿਰ ਉਹਦੇ ਨਾਲ ਚਲੋ ਮਾਫੀ ਸ਼ਾਫੀ ਮੰਗ ਕੇ ਉਹਦੇ ਸਾਹਮਣੇ ਜਿੰਨੀਆਂ ਉਹ ਫੋਂਡਾਂ ਮਾਰਨ ਲੱਗੇ ਸਨ ਕਿ ਜਮਾਤ ਅਹਿਮਦੀਆ ਹਰ ਬੰਦੇ ਕੋਈ ਸਵਾਲ ਲੈਵੋ ਸਾਡੇ ਕੋਲ, ਅਸੀਂ ਹਰ ਸਵਾਲ ਦਾ ਜਵਾਬ ਦੇਣ ਨੂੰ, ਬੰਦਿਆਂ ਨੂੰ ਤੁਸੀਂ ਕਾਲ ਤੇ ਚੁੱਕਦੇ ਨਹੀਂ। ਇੱਥੋਂ ਮੈਂ ਚੰਦਾ ਸਿਸਟਰ ਨੂੰ ਸਵਾਲ ਦੇ ਕੇ ਭੇਜਿਆ, ਮੈਂ ਕਿਹਾ ਇਹਨਾਂ ਨੂੰ ਪੁੱਛੋ ਵੀ ਇਹ ਜਿਹੜੀ ਸੂਰਾ ਅਰਾਫ ਦੀ ਆਇਤ 36 ਨੰਬਰ ਪੜ੍ਹਦੀ ਹੈ
ਤੁਹਾਡੇ ਮਿਰਜ਼ਾ ਸਾਹਿਬ ਨੂੰ ਰਸੂਲ ਹੋਣ ਦਾ ਦਾਵਾ ਕੀਤਾ ਨਾ, ਨਬੂਤ ਦਾ ਦਾਵਾ ਉਹਨਾਂ ਦਾ ਹੈ ਨਾ, ਉਹਨਾਂ ਵੀ ਇਸ ਆਇਤ ਨੂੰ ਜਰਾਏ ਨਬੂਤ ਵਾਸਤੇ ਨਹੀਂ ਲਿਆ। ਤੁਸੀਂ ਇੰਨਾ ਦੱਸ ਲਓ ਤੁਹਾਡੇ ਤੇ ਕਿਹਦੇ ਤੇ ਇਹ ਮਹੀਨਾ ਖੁੱਲਿਆ ਜਿਹੜਾ ਤੁਸੀਂ ਬਿਆਨ ਪੇ ਫਰਮਾਉਂਦੇ ਹੋ? ਮੁਸਲਮਾਨ ਤੇ 14 ਸਦੀਆਂ ਤੋਂ ਇਹਦਾ ਇਹ ਮਹੀਨਾ ਨਹੀਂ ਮੰਨਦੇ ਹਨ ਕਿ ਇਹਦੇ ਤੋਂ ਜਰਾਏ ਨਬੂਤ ਮਰਾ ਦੇ। ਮਿਰਜ਼ਾ ਸਾਹਿਬ ਵੀ ਇਹਦੇ ਤੋਂ ਜਰਾਏ ਨਬੂਤ ਮਰਾ ਦੇ। ਤੇ ਕਿਸੇ ਬੰਦੇ ਜਵਾਬ ਨਹੀਂ ਦਿੱਤਾ, ਲੈਂਦਾ ਹੀ ਨਹੀਂ ਕੋਈ, ਕਾਲ ਤੇ ਨਹੀਂ ਲੈਂਦਾ, ਜਵਾਬ ਕੀ ਦੇਣਾ? ਗਾਲਾਂ ਕੱਢ ਸਕਦੇ ਨੇ, ਗਾਲਾਂ ਨਿੱਕੇ ਤੋਂ ਲੈ ਕੇ ਵੱਡੇ ਤੱਕ ਸਭ ਗਾਲੀਬਾਜ਼ ਗਾਲਾਂ ਕੱਢਦੇ। ਅੱਛਾ ਜ਼ਫਰੁੱਲਾ ਸ਼ਾਹ ਸਾਹਿਬ ਨੂੰ ਜਵਾਬ ਨਹੀਂ ਦੇ ਰਿਹਾ? ਉਹ ਜਾ ਤੂੰ ਆਪਣਾ ਸਭ ਤੋਂ ਬੜਾ ਉਹ ਕੁਰਾਨ ਸੇ ਤਾਂ ਨਹੀਂ ਪੜ੍ਹ ਸਕਦਾ। ਅੱਛਾ ਆਮਿਰ ਭਾਈ, ਇੱਕ ਅੱਜ ਕੱਲ੍ਹ ਹੋਰ ਆਲਮ ਆਏ ਦੇ ਨੇ, ਠਹਿਰੋ ਸਾਹਿਬਜ਼ਾਦਾ ਕੋਈ ਨਾ, ਇਹਨੂੰ ਕਹਿੰਦੇ ਜੇ, ਇਹਨੂੰ ਕਹਿੰਦੇ ਜੇ ਕੁੱਤੀ ਨੂੰ ਆਣਾ ਜਿਹੜਾ ਨਾ ਗਾਲਾਂ ਕੱਢ ਲੈਣਾ, ਇਹ ਕੋਈ ਕੋਈ ਕਮਾਲ ਨਹੀਂ ਹੁੰਦਾ। ਉਹ ਆਲਮ ਸਾਹਿਬ ਆ ਗਏ ਤੇ ਮੇਰੀ ਬਰਾੜ ਤੇ ਜਿਹਨੂੰ ਮਰਜ਼ੀ ਬੁਲਾ ਲਿਓ, ਮੈਂ ਮਾਈਕ ਲਾ ਕੇ ਇੰਨੀਆਂ ਕੱਢਾਂਗਾ, ਮਤਲਬ ਹੈ ਕਿ ਗਾਲ ਵੀ ਨਹੀਂ ਕੱਢਾਂਗਾ। ਹੈਦਰਾਬਾਦੀ ਉਹ ਨਜ਼ੀਰ ਹੈ, ਕਹਿੰਦਾ ਵੀ ਤੂੰ ਹੈਦਰਾਬਾਦੀ ਗਾਲਾਂ ਕੱਢਣਾ ਹੈ, ਐਸੀਆਂ ਦਵਾਈਆਂ ਦੇਵਾਂਗਾ ਕਿ ਚੀਕਾਂ ਨਿਕਲ ਜਾਣਗੀਆਂ ਮਰਜ਼ਾਈਆਂ ਦੀਆਂ। ਇਹ ਕੋਈ ਬਾਤ ਨਹੀਂ ਹੁੰਦੀ, ਮੈਂ ਰਿਕਾਰਡਿੰਗ ਤੋਂ ਸਾਨੂੰ ਭੇਜਾਂਗਾ। ਇੱਕ ਆਲਮ ਸਾਹਿਬ ਨੇ, ਆਲਮ ਹੀ ਆਏ ਨੇ ਉਹ ਸਾਜਦਾਦਾ ਜੀ ਤੇ ਕੋਈ ਨਾ ਹੈ, ਮੈਂ ਪਹਿਲੀ ਵਾਰ ਉਹਨੂੰ ਦੇਖਿਆ। ਸ਼ੁਐਬ ਉਹਨਾਂ ਨੂੰ ਉਹਨੇ ਉਸਨੂੰ ਪਤਾ ਹੀ ਨਹੀਂ ਸੀ ਕੌਣ ਹੈ ਬੰਦਾ, ਮਾਰਕਰ ਚ ਆ ਕੇ ਜਿਵੇਂ ਉਹ ਗਰਦਾਨ ਬਣਾ ਲੱਗਿਆ, ਉਹਨੇ ਕਿਹਾ ਯਾਰ ਤੇ ਤੂੰ ਗਲਤ ਬਣਾਈ ਹੈ। ਉਸ ਤੋਂ ਬਾਅਦ ਨਹੀਂ ਬੋਲਿਆ ਉਹਨਾਂ ਅੱਗੇ। ਹਾਂ ਤੁਸੀਂ ਦੱਸੋ ਇੱਥੋਂ ਕੀ ਹੋਏਗਾ, ਤੁਸੀਂ ਦੱਸੋ ਇੱਥੋਂ ਕੀ। ਉਹ ਰਿਕਾਰਡਿੰਗ ਵੀ ਮੇਰੇ ਕੋਲ ਹੈ, ਉਹ ਪੂਰਾ ਘੰਟਾ ਉਹਨੂੰ ਪੜ੍ਹਾ ਕੇ ਗਏ ਨੇ ਨਾ, ਤੇ ਕਹਿੰਦੇ ਨੇ ਯਾਰ ਤੈਨੂੰ ਤਾਂ ਗ੍ਰਾਮਰ ਆਉਂਦੀ ਨਹੀਂ ਹੈ, ਤੇ ਇੱਥੇ ਬਹਿ ਕੇ ਚੈਲੰਜ ਕਰਦਾ। ਉਹ ਮੇਰੇ ਨਾਲ ਮੇਰੇ ਕੋਲੋਂ ਪੜ੍ਹਦੇ ਨੇ ਆਲਮ ਮੁਸਲਮਾਨਾਂ ਦੇ, ਤੇ ਮੁਫਤੀ ਮੇਰੇ ਕੋਲੋਂ ਆ ਕੇ ਪੜ੍ਹਦੇ ਨੇ ਯਾਰ, ਆਧਿਆ ਖੁਦਾ ਦੀ ਕਸਮ। ਇਹਨਾਂ ਨੂੰ ਅਮਰ ਬਾਈ ਇਹਨਾਂ ਦੀ ਗੱਲਾਂ ਤੇ ਜ਼ਿਆਦਾ ਹੱਸਣਾ ਹੋਵੇ ਨਾ, ਤੇ ਉਹ ਛੋਟੀ ਸੀ ਦੁਨੀਆ ਡਰਾਮਾ ਲੱਗਦਾ ਸੀ ਨਾ, ਜਿਹਦੇ ਵਿੱਚ ਉਹ ਜਾਨੂ ਜਰਮਨ ਦਾ ਇੰਗਲਿਸ਼ ਦਾ ਮੁਕਾਬਲਾ ਹੋਇਆ ਸੀ, ਉਹ ਵੇਖ ਲਿਆ ਕਰੋ ਬਸ। ਸਾਰੇ ਸੌਂ ਗਏ ਨੇ? ਨਹੀਂ, ਕੋਈ ਕੋਈ ਜਾਗ ਰਿਹਾ। ਬੋਲੋ,
ਫੋਟੋ ਵੇਖ ਕੇ ਆਇਆ ਤੇ ਬੜੀ ਬਦਤਮੀਜ਼ੀ ਕੀਤੀ ਹੈ ਮਰਦਈਆਂ ਨੇ ਤੇ ਫਿਰ ਆਖਦੇ ਨੇ ਅਸੀਂ ਜਿੱਤ ਗਏ ਉਹ ਮਿਰਜ਼ਾ ਸਾਹਿਬ ਵਾਲੀ ਕਾਰ ਗਾਲਾਂ ਕੱਢ ਕੇ ਆਖਦੇ ਨੇ ਅਸੀਂ ਜਿੱਤ ਗਏ ਕੀ ਹੋਇਆ ਕੌਣ ਕੌਣ ਗੱਲਾਂ ਪਾ ਕੇ ਬੈਠੇ ਥੱਲੇ ਨਹੀਂ ਮੈਂ ਤੁਸੀਂ ਮਸਰੂਫ ਸਨ ਮੈਂ ਕਿਹਾ ਚਲੋ ਫਿਰ ਕਰਨਾ ਗੱਲ ਹੁਣ ਘੰਟਾ ਡੇਢ ਜਿਹੜਾ ਨਾ ਉਹ ਗੱਲ ਪੁੱਛਣੀ ਜੀ ਪੁੱਛੋ ਯਾਦ ਆਉਂਦੀ ਅੱਛਾ ਚਲੋ ਉਹਨਾਂ ਚਿਰ ਮੈਂ ਇਹ ਪੁੱਛਣਾ ਸੀ ਤੁਹਾਡਾ ਜਿਹੜਾ ਵਟਸਐਪ ਨੰਬਰ ਉਹਦੇ ਤੇ ਆਖਿਰ ਤੇ 45 ਲਿਖਿਆ ਵੇ ਜਵਾਬ ਤੇ ਚਲੋ ਬਾਅਦ ਦੀ ਗੱਲ ਹੈ ਨਾ ਯਾਨੀ ਕਿ ਟਿਕ ਮਾਰ ਹੀ ਨਹੀਂ ਹੁੰਦੀ ਕਿ ਤੁਹਾਡੇ ਤੱਕ ਪਹੁੰਚਿਆ ਕਿਆ ਵਟਸਐਪ ਤੁਹਾਡੀ ਮੈਂ ਬੋਲ ਕੇ ਦੱਸ ਸਕਣਾ ਇੱਥੇ ਜਾਂ ਤੁਹਾਡੇ ਇਨਬਾਕਸ ਵਿੱਚ ਲਿਖਾਂ ਕਿਆ ਨੰਬਰ ਹੈ ਮੇਰੇ ਕੋਲ ਇੱਕ ਮਿੰਟ ਠੀਕ ਹੈ ਮੈਂ ਪਹਿਲਾਂ ਕੱਢ ਲਾਂ ਉਹਦੇ ਤੇ ਵੀ ਮੈਂ ਸਾਰੇ 45 ਆਉਂਦਾ ਸੀ ਉਹ ਨੰਬਰ ਬੰਦ ਹੋ ਗਿਆ ਸ਼ਾਇਦ ਉਹ ਤਾਂ ਤੁਸੀਂ ਕਹਿੰਦੇ ਪਏ ਹੋਗੇ ਉਹਦੇ ਵੀ ਆਖਰ ਤੇ 45 ਆਉਂਦੇ ਸੀ ਜਿਹੜਾ ਨਾ ਇੰਗਲੈਂਡ ਵਾਲੇ ਬੰਦੇ ਜਦੋਂ ਨਵੇਂ ਨਵੇਂ ਮੀਰਪੁਰੀ ਆਏ ਨੇ ਤੇ ਉਹਨਾਂ ਨੇ ਰਾਵਾਂ ਨਾਲ ਨਾ ਟਾਕੀਆਂ ਬੰਨੀ ਹੁੰਦੀਆਂ ਸੀ ਐਸ ਸੜ ਕੇ ਜਾਣਾ ਤੇ ਇਟਲੀ ਵਾਲੇ ਜਿਹੜੇ ਨੇ ਨਾ ਜਦੋਂ ਇਟਲੀ ਆਏ ਨੇ ਤੇ ਇੱਥੇ ਆ ਕੇ ਮੈਂ ਪਹਿਲੀ ਵਾਰੀ 2007 ਸੁਣਿਆ ਬਈ ਇਹ ਨੰਬਰ ਦੇ ਆਖਰ ਤੇ 45 ਆਉਂਦਾ ਹੈ ਨੰਬਰ ਦੇ ਆਖਰ ਤੇ 345 ਆਉਂਦਾ ਇਹ ਪਾਕਿਸਤਾਨ ਮੈਂ ਨਹੀਂ ਸੀ ਸੁਣਿਆ ਇਹ ਵੀ ਇੱਕ ਇਹਦੀ ਆਈਡੈਂਟੀਫਿਕੇਸ਼ਨ ਹੈ ਇਟਾਲੀਅਨ ਸਿਟੀਜ਼ਨ ਦੀ ਕਿਆ ਜ਼ਰੂਰ ਨਿਸ਼ਾਨੀਆਂ ਰੱਖੀਆਂ 45 ਤੇ ਇੱਕ ਹੋਰ ਨੰਬਰ ਦੇ ਵੀ ਆਖਰ ਤੇ ਮੇਰੇ ਖਿਆਲ ਮੇਰਾ ਆਉਂਦਾ ਸੀ ਉਹ ਨੰਬਰ ਮੈਨੂੰ ਸ਼ੱਕ ਪੈਂਦਾ ਬੰਦ ਹੋ ਗਿਆ ਉਹ ਉਸ ਨੰਬਰ ਤੇ ਤੁਸੀਂ ਕਰਦੇ ਹੋਵੋਗੇ ਇਹ ਜਿਹੜਾ ਨੰਬਰ ਮੇਰਾ ਇਹ ਤੇ ਪਹਿਲੇ ਦਿਨ ਤੋਂ ਲੈ ਕੇ ਇਟਲੀ ਆਵਾਂ ਤੋਂ ਫੌਰਨ ਬਾਅਦ ਆਇਆ ਨੰਬਰ ਹੈ ਅੱਜ ਕੀ ਤਰੀਕ ਹੋ ਗਈ ਹੈ 16 ਇਹਨੂੰ 17 ਸਾਲ ਤੇ ਇੱਕ ਹਫ਼ਤਾ ਹੋ ਗਿਆ ਇਸ ਨੰਬਰ ਨੂੰ ਇਹ ਨੰਬਰ ਤੇ ਜਿਹੜਾ ਇਹ ਤੇ ਹਮੇਸ਼ਾ ਹੀ ਆਨ ਰਹਿੰਦਾ ਤੁਸੀਂ ਪਤਾ ਨਹੀਂ ਕਿਹੜੇ ਨੰਬਰ ਦੀ ਗੱਲ ਕਰ ਰਹੇ ਹੋ ਅਮਰ ਭਾਈ ਵਟਸਐਪ ਗਰੁੱਪ ਵਾਲਾ ਨੰਬਰ ਮੇਰੇ ਕੋਲ ਵੀ ਕੋਈ ਨਹੀਂ ਹੈ ਉਹ ਹੀ ਮੈਂ ਤਾਂ ਕਹਿੰਦਾ ਨਾ ਸਹੀ ਵਟਸਐਪ ਨੰਬਰ 2-3 ਨੰਬਰ ਮੇਰੇ ਬਾਅਦ ਮੈਂ ਲਏ ਨੇ ਤੇ ਉਹ ਬੰਦ ਹੋ ਗਏ ਨੇ ਜ਼ਾਇਆ ਹੋ ਗਏ ਅਮਰ ਭਾਈ ਮੇਰੀ ਆਵਾਜ਼ ਆ ਰਹੀ ਵਾਲੇਕੁਮ ਸਲਾਮ ਆ ਰਹੀ ਆਵਾਜ਼ ਕਰੋ ਗੱਲ ਇਸ ਨੂੰ ਲਓ ਮੈਂ ਨੰਬਰ ਦੱਸਣ ਲੱਗਾ ਤੁਹਾਨੂੰ ਸਾਰਿਆਂ ਦੇ ਸਾਹਮਣੇ ਕੰਨ ਮੇਰੇ ਕੰਨ ਚ ਦੱਸਿਓ
ਉਹ ਸ਼ਾਇਦ ਬੈਕਗ੍ਰਾਉਂਡ ਤੇ ਚਲੇ ਗਏ ਨੇ ਮੇਰਾ ਖਿਆਲ ਹੈ, ਨੰਬਰ ਵੇਖਣ ਗਏ ਨੇ ਮੈਂ ਕਿਸ ਨਾਲ ਦੱਸਾਂ ਨਹੀਂ ਔਰ ਯਾਦ ਕਰਨ ਗਏ ਨੇ ਉਧਰ ਵੇਖ ਕੇ ਆ ਕੇ ਦੱਸਣਗੇ ਯੂਸਰ ਸਾਹਿਬ ਤੁਸੀਂ ਬੈਕਗ੍ਰਾਉਂਡ ਜਾਂਦੇ ਨਹੀਂ ਆਵਾਜ਼ ਆਉਂਦੀ ਤੁਹਾਡੀ ਅਮਰ ਬਾਈ ਥੱਲੇ ਕਮੈਂਟ ਪੜ੍ਹੇ ਇੱਕ ਵਾਰੀ ਮੈਨੂੰ ਸਮਝ ਆ ਗਈ ਉਧਰ ਜਾਣਾ ਤੇ ਨਹੀਂ ਆਉਂਦੀ ਉਹ 320 ਹੈ 320 921 48 45 ਇਹ ਠੀਕ ਹੈ ਨੰਬਰ 921 48 45 ਨਹੀਂ ਲੇਕਿਨ ਫਿਰ ਵੀ ਮੈਂ ਕੋਡ ਲਾਇਆ ਪਲੱਸ 49 ਲਾਇਆ ਕਿੰਨਾ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਮੈਂ ਗੱਲ ਕਰਕੇ ਫਿਰ ਡ੍ਰੌਪ ਹੋ ਜਾਣਾ ਤੁਸੀਂ ਜਿਹਨੂੰ ਮਰਜ਼ੀ ਫਿਰ ਲੈ ਲੈਣਾ ਫਿਰ ਮੈਂ ਸੁਣਦਾ ਰਹਾਂ ਗੱਲ ਇਹ ਹੈ ਕਿ ਦੇਖੋ ਇਹ ਸ਼ਾਰਪ ਸ਼ੂਟਰ ਭਾਈ ਨੇ ਜਿਹੜੀ ਲਿਆ ਕੇ ਆਡੀਓ ਸੁਣਾਈ ਹੈ ਮੈਂ ਅੱਜ ਤੱਕ ਮਰਜ਼ੀਅਤ ਦੇ ਵਿੱਚ ਬੜੇ ਬੜੇ ਹਰਾਮਜ਼ਾਦੇ ਵੇਖੇ ਨੇ ਲੇਕਿਨ ਮੈਂ ਇਸ ਗੱਲ ਦਾ ਇਕਰਾਰ ਕਰਨਾ ਕਿ ਅੱਜ ਸ਼ਾਰਪ ਸ਼ੂਟਰ ਨੇ ਐਡਾ ਵੱਡਾ ਹਰਾਮਜ਼ਾਦਾ ਫੜ ਕੇ ਲਿਆਂਦਾ ਇਸ ਆਡੀਓ ਦੇ ਵਿੱਚ ਜਿਹੜਾ ਮੈਂ ਪਹਿਲੇ ਨਹੀਂ ਵੇਖਿਆ ਔਰ ਮੈਂ ਅੱਜ ਡਿਕਲੇਅਰ ਕਰਨਾ ਕਿ ਇਹ ਮਰਜ਼ੀਅਤ ਦਾ ਮੌਜੂਦਾ ਐਜ਼ ਆਫ ਟੂਡੇ ਸਭ ਤੋਂ ਵੱਡਾ ਹਰਾਮਜ਼ਾਦਾ ਜਿਹੜਾ ਉਹ ਨਾਦਰ ਹੈ ਮੈਂ ਮਾਜ਼ਰਤ ਖਾਏਗਾ ਅਮਰ ਭਾਈ ਦੇਖੋ ਮੈਂ ਇੱਕ ਮਿੰਟ ਇਸੇ ਕਰਕੇ ਲਿਆ ਸੀ ਕਿ ਮੈਂ ਆਪਣੇ ਜਜ਼ਬਾਤ ਦਾ ਇਜ਼ਹਾਰ ਕਰ ਦਿਆ ਮੈਂ ਕਿਸੇ ਨੂੰ ਕੋਈ ਐਸੀ ਗੱਲ ਹੀ ਨਹੀਂ ਦਿੱਤੀ ਜਿਸ ਕਿਸਮ ਦੀਆਂ ਉਹਨੇ ਗੱਲਾਂ ਕੀਤੀਆਂ ਕਸਮ ਬ ਖੁਦਾ ਬਰਦਾਸ਼ਤ ਤੋਂ ਬਾਹਰ ਸਨ ਆਮ ਰੀਲੀ ਵੈਰੀ ਸੌਰੀ ਮੇਰੇ ਕਿਸੇ ਦੋਸਤ ਨੂੰ ਭਰਾ ਦੀ ਦਿਲਾਜ਼ਾਰੀ ਹੋਈ ਹੈ ਮੇਰੀ ਗੱਲ ਤੇ ਅਸਲਾਮ ਅਲੈਕ ਗਲੋਬਲ ਭਾਈ ਅੱਗੇ ਇਹਦੀ ਪੂਰੀ ਇੱਕ ਮੈਂ ਦੇਖੋ ਮੈਂ ਅਮਰ ਭਾਈ ਮੈਂ ਨਹੀਂ ਐਸੀ ਗੱਲ ਕਰਦਾ ਜਿਹੜੀ ਸਾਡੇ ਦੋਸਤਾਂ ਨੂੰ ਬੁਰੀ ਲੱਗੇ ਹੱਤਲ ਵਸਾ ਕੋਸ਼ਿਸ਼ ਇਹ ਹੁੰਦੀ ਬੜੀ ਮੌਤ ਦਿਲ ਗੱਲ ਕਰੀਏ ਲੇਕਿਨ ਇਹ ਕਿ ਅੱਜ ਮੈਂ ਇੰਨਾ ਕੁ ਮੈਨੂੰ ਦੁੱਖ ਲੱਗਾ ਇਸ ਵੀਡੀਓ ਦੇਖਣ ਤੋਂ ਮੇਰੀ ਬਰਦਾਸ਼ਤ ਖਤਮ ਹੋ ਗਈ ਹੈ ਇਸ ਕੁੱਤੇ ਦੇ ਬੱਚੇ ਨੇ ਐਸੀ ਹਰਕਤ ਕੀਤੀ ਆ ਇਹ ਅਵਾਰਾ ਮਾਵਾਂ ਦੀਆਂ ਨਜਾਇਜ਼ ਔਲਾਦਾਂ ਜਿਹੜੀਆਂ ਇਸ ਕਿਸਮ ਦੀ ਬਕਵਾਸ ਕਰਨਗੀਆਂ ਦਿਸ ਇਜ਼ ਨਾਟ ਐਕਸਪੈਕਟਿਡ ਲੇਕਿਨ ਕੋਈ ਗੱਲ ਨਹੀਂ ਇਹਦਾ ਮੁਨਾਸਬ ਜਵਾਬ ਦਿੱਤਾ ਜਾਏਗਾ ਬਹੁਤ ਬਹੁਤ ਸ਼ੁਕਰੀਆ ਜੀ ਸਿਆਣੇ ਬੰਦੇ ਹੋ ਤੁਹਾਡਾ ਕੰਮ ਹੈ ਤੁਸੀਂ ਸਾਨੂੰ ਸਮਝਾਓ ਕਸਮ ਬਖੁਦਾ ਅਸੀਂ ਤੁਹਾਡੀ ਗੱਲ ਮੰਨੀ ਦੀ ਹੈ ਔਰ ਤੁਹਾਡੇ ਅੱਗੇ ਸਿਰ ਇੰਜ ਕਰ ਦਈਦਾ ਨੀਵਾਂ ਕਰ ਦਈਦਾ ਤੁਸੀਂ ਵੱਡੇ ਭਰਾ ਜੇ ਔਰ ਦੋਸਤ ਜੇ ਭਰਾ ਜੇ ਅਜ਼ੀਜ਼ ਜੇ ਬਹੁਤ ਪਿਆਰੇ ਹੋ ਸਾਨੂੰ ਲੇਕਿਨ ਇਹ ਬੜੇ ਹੀ ਕੁੱਤੀ ਦੇ ਬੱਚੇ ਨੇ ਬੜੀ ਅਵਾਰਾ ਮਾਵਾਂ ਦੀ ਔਲਾਦ ਨੇ ਇੱਕ ਕੁੱਤੀ ਨੇ ਬੇਸ਼ੁਮਾਰ ਬੱਚੇ ਜਨਮ ਦਿੱਤੇ ਨੇ ਔਰ ਇਹ ਉਹਨਾਂ ਦੀਆਂ ਔਲਾਦਾਂ ਜਿਹੜੀਆਂ ਅੱਜ ਦੌਰ ਦੇ ਵਿੱਚ ਐਸੀ ਐਸੀ ਬਕਵਾਸੀਆਤ ਕਰ ਰਹੀਆਂ ਮੈਂ ਕਹਿੰਦਾ ਕਿ ਮੈਂ ਅੱਜ ਇਸ ਨਾਦਰ ਨੂੰ ਐਜ਼ ਆਫ ਟੂਡੇ ਮੈਨੂੰ ਅਹਿਮਦ ਨੇ ਵਾਅਦਾ ਕੀਤਾ ਕਿ ਇਸ ਤੋਂ ਵੱਡਾ ਵੀ ਹਰਾਮਜ਼ਾਦਾ ਇਹਨਾਂ ਦੇ ਕੋਲ ਮੌਜੂਦ ਆ ਲੇਕਿਨ ਮੈਂ ਆਪਣੀ ਕਮ ਇਲਮੀ ਦੀ ਇਤਰਾਫ਼ ਕਰਨਾ ਦੋਸਤਾਂ ਦੇ ਅੱਗੇ ਕਿ ਹੁਣ ਤੱਕ ਦੇ ਹਰਾਮਜ਼ਾਦਿਆਂ ਦੇ ਵਿੱਚ ਇਹ ਸਭ ਤੋਂ ਵੱਡਾ ਹਰਾਮਜ਼ਾਦਾ ਮੈਂ ਵੇਖਿਆ ਮੈਂ ਇਜਾਜ਼ਤ ਲੈਣਾ ਤੁਹਾਡੇ ਕੋਲੋਂ ਬਹੁਤ ਬਹੁਤ ਸ਼ੁਕਰੀਆ ਅਗਰ ਕਿਸੇ ਨੂੰ ਬੁਰੀ ਲੱਗੀ ਹੋਈ ਮੇਰੇ ਦੋਸਤਾਂ ਦੇ ਵਿੱਚੋਂ ਤੇ ਉਹਨਾਂ ਅੱਗੇ ਮਾਜ਼ਰਤ ਹੈ ਬਾਕੀ ਮਰਜ਼ੀਆਂ ਦੇ ਵਿੱਚ ਸਭ ਤੋਂ ਵੱਡਾ ਹਰਾਮਜ਼ਾਦਾ ਇਹ ਮੈਨੂੰ ਬਹੁਤ ਬੁਰੀ ਲੱਗੀ ਹੈ ਇਸ ਗੱਲੇ ਕਿ ਇਹ ਕੋਈ ਐਸੀ ਅਜੀਬ ਗੱਲ ਨਹੀਂ ਹੈ ਸਾਰੇ ਗਾਲੀਬਾਜ਼ ਨੇ ਸਾਡਾ ਨਹੀਂ ਕੰਮ ਕਿ ਅਸੀਂ ਉਹਨਾਂ ਨੂੰ ਜਵਾਬਾਂ ਇਹੋ ਜਿਹੇ ਲਫ਼ਜ਼ ਆਖੀਏ ਉਹ ਗਾਲਾਂ ਕੱਢਦੇ ਨੇ ਤੇ ਸਾਡਾ ਕੰਮ ਹੈ ਲੋਕਾਂ ਨੂੰ ਸਗੋਂ ਹੋਰ ਇਹਨਾਂ ਕੋਲੋਂ ਗਾਲਾਂ ਕਢਵਾ ਕੇ
ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਣ ਅਤੇ ਲੋਕਾਂ ਨੂੰ ਦੱਸਿਆ ਜਾਏ ਕਿ ਇਹ ਇਹਨਾਂ ਦੀ ਅਸਲੀਅਤ ਹੈ, ਇਹ ਇਹਨਾਂ ਦੇ ਅਸਲ ਅੰਦਰ ਦੇ ਵਿੱਚ ਹੈ ਜੋ ਕੋਈ ਪਾਕਿਸਤਾਨ ਨੂੰ ਨਜ਼ਰ ਹੋਰ ਸਾਡੇ ਨਾਲ ਮੋਢਾ ਜੋੜ ਕੇ ਬਹਿ ਨਾ, ਬਲਾਕ ਹੀ ਕਰਨਾ ਤੈਨੂੰ ਸਾਡੇ ਮੋਢੇ ਥੱਲੇ ਨਾ, ਤੂੰ ਆ ਕੇ ਬਲਾਕ ਨਾ ਕਰੋ। ਤੁਸੀਂ ਮੰਨੋ ਜਾਂ ਨਾ ਮੰਨੋ, ਜਦੋਂ ਬੰਦਾ ਨਜ਼ਰ ਜ਼ਿਆਦਾ ਵੱਡੀ ਹੁੰਦੀ ਹੈ ਨਾ ਤੇ ਉਹਨੂੰ ਪਤਾ ਲੱਗਦਾ ਥੋੜੀ ਨਜ਼ਰ ਚ ਥੋੜੀ ਚੀਜ਼ ਨਜ਼ਰ ਆਉਂਦੀ, ਵੱਡੀ ਨਜ਼ਰ ਨਾਲ ਦੂਰ ਤੱਕ ਨਜ਼ਰ ਆਉਂਦਾ। ਮੈਂ ਯਕੀਨ ਨਾਲ ਤੁਹਾਨੂੰ ਮੈਂ ਕਹਿੰਦਾ ਕਿ ਇਹ ਜੋ ਕੁਝ ਇਹ ਕਰਦੇ ਨੇ ਨਾ ਪਏ ਆਪਣੇ ਨਾਲ ਹੀ ਪਏ ਗਲਤ ਕਰਦੇ ਨੇ, ਸਾਰਾ ਨੁਕਸਾਨ ਆਪਣਾ ਪਏ ਕਰਦੇ ਨੇ। ਇਹਨਾਂ ਦੀ ਜਮਾਤ ਦਾ ਯਾਨੀ ਕਿ ਖਬਾੜਾ ਹੋ ਗਿਆ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ, ਸੋਸ਼ਲ ਮੀਡੀਆ ਦੀ ਵਜ੍ਹਾ ਤੋਂ। ਵੱਲਾ ਇਹ ਇੰਝ ਡਿੱਗੇ ਨੇ ਸੋਸ਼ਲ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਉਹ ਖੂਹ 'ਚ ਭੰਡਰ ਖੂਹ 'ਚ ਰੂਸ ਆ ਕੇ ਢਹਿ ਪਿਆ ਸੀ ਨਾ ਅਫਗਾਨਿਸਤਾਨ ਅਤੇ ਅਮਰੀਕਾ ਵਾਲਾ, ਇੰਝ ਭੰਡਰ ਖੂਹ 'ਚ ਆ ਕੇ ਡਿੱਗ ਪਏ, ਉਹਨੂੰ ਸਮਝ ਨਹੀਂ ਪਈ ਆਉਂਦੀ ਜਾਣਾ। ਇਹ ਗਾਲਾਂ ਬੰਦਾ ਕਦੋਂ ਕੱਢਦਾ? ਜਦੋਂ ਬੰਦਾ ਜ਼ਿੱਚ ਹੁੰਦਾ, ਜਦੋਂ ਬੰਦੇ ਨੂੰ ਉਹਦਾ ਗੁੱਸਾ ਬੇਕਾਬੂ ਹੋ ਜਾਂਦਾ, ਗਾਲਾਂ ਤਾਂ ਹੀ ਕੱਢਦਾ ਨਾ ਜਦੋਂ ਉਹ ਪ੍ਰੈਕਟੀਕਲੀ ਕੁਝ ਨਹੀਂ ਕਰ ਸਕਦਾ। ਅਤੇ ਇਹ ਗਾਲਾਂ ਤਾਂ ਪੇ ਕੱਢਦੇ ਨੇ ਕਿ ਉਹ ਜ਼ਿੱਦੇ ਪਏ ਨੇ, ਲਾਜਵਾਬ ਹੋਏ ਪਏ ਨੇ। ਇਸ ਲਈ ਉਹ ਜੋ ਕੁਝ ਕਰਦੇ ਨੇ ਆਪਣੇ ਆਪ ਨਾਲ। ਠੀਕ ਹੈ ਠੀਕ ਹੈ, ਤੁਹਾਡੀ ਆਵਾਜ਼ ਵੀ ਖਰਾਬ ਹੋ ਰਹੀ, ਸਿਗਨਲ ਵੀ ਖਰਾਬ ਹੋ ਰਿਹਾ। ਅਮਰ ਭਾਈ ਇੱਕ ਫੈਸਲਾ ਕੀਤਾ ਸੀ, ਕੀ ਕੀਤਾ ਉਹਦਾ? ਕਰਨੇ ਆ ਨਾ, ਦੋ ਤਿੰਨ ਦਿਨ ਮੈਨੂੰ ਦੌਰਾ ਪੈ ਗਿਆ ਸੀ। ਇਹਦਾ ਵੀ ਕੀ ਕਰਨਾ ਜੇ, ਇਹਦਾ ਵੀ ਜਿਹੜਾ ਬਾਬਾ ਕਾਲਾ ਅੱਗੇ ਪਾਉਂਦਾ ਬਈ ਪੱਪੂ, ਇਹਨੂੰ ਕੀ ਬਸ ਬਿਲਕੁਲ ਨਹੀਂ ਲੈਣਾ। ਕੌਣ ਉਹ ਭਾਈ ਜਿੰਨੇ ਤੁਸੀਂ ਬੈਠੇ ਹੋ ਇੰਨੇ ਬਥੇਰੇ ਹੋ, ਬਹੁਤਿਆਂ ਨੂੰ ਲੈ ਕੇ ਨਾ ਤੇ ਥੱਲਿਓਂ ਮਿਸਾਇਲ ਪੈਦਾ ਹੁੰਦੇ ਨੇ। ਇਹ ਬਹੁਤ ਜ਼ਿਆਦਾ ਮਿਸਾਇਲ ਸਥਾਨ ਹੈ ਮੁਸਲਮਾਨਾਂ ਦੇ ਅੰਦਰ, ਇਹ ਮਿਸਾਇਲ ਜੰਜਾਲ ਪੂਰਾ ਪੂਰਾ। ਜਿਹੜਾ ਬੰਦਾ ਉਹ ਆਪਣੀ ਡਫਲੀ ਵਜਾਉਂਦਾ, ਆਪਣੀ ਸਾਇੰਸ ਪੜ ਕੇ ਸੁਣਾਉਂਦਾ, ਜਿਹਨੂੰ ਤੁਸੀਂ ਸਮਝਾਓਗੇ ਸਮਝਣ ਵਾਲਾ ਇੱਥੇ ਕੋਈ ਨਹੀਂ ਹੈ, ਇਹ ਸਭ ਸਾਇੰਸਦਾਨ ਨੇ। ਅਸੀਂ ਇੰਨੀ ਕੋਈ ਤਾਕਤ ਰੱਖਦੇ ਹਾਂ ਅਤੇ ਇੰਨੀ ਕੋਈ ਸਾਡੇ ਕੋਲ ਟਾਈਮ ਹੈ, ਇੱਕ ਦੋ ਵਾਰੀ ਕਿਸੇ ਭਰਾ ਨੂੰ ਕਿਹਾ ਵੀ ਯਾਰ ਇਹ ਕੰਮ ਜਿਹੜਾ ਨਾ ਇਹਦੇ ਤੋਂ ਜ਼ਿਆਦਾ ਨਾ ਸਾਡੇ ਕੋਲ ਟਾਈਮ ਹੈ ਅਤੇ ਨਾ ਸਾਡੇ ਕੋਲ। ਜਿਹੜਾ ਦੂਜੀ ਤੀਜੀ ਵਾਰੀ ਸਮਝਾਇਆ ਨੂੰ ਪਰਾਂ ਕਰੋ ਥੱਲੇ ਬਹਿ ਕੇ। ਅਮਰ ਭਾਈ ਅਸਲਾਮ ਵਾਲੇਕਮ। ਵਾਲੇਕਮ ਸਲਾਮ ਯੂਸਫ। ਮੈਂ ਨਾ ਤੁਹਾਡੇ ਇਨਬਾਕਸ ਵਿੱਚ ਆਪਣਾ ਨਾਂ ਸ਼ਾਂ ਸਾਰਾ ਕੁਝ ਲਿਖ ਦਿੱਤਾ ਹੈ ਅਤੇ ਵਟਸਐਪ ਦਾ ਨੰਬਰ, ਹੁਣ ਤੁਸੀਂ ਫੀਡ ਕਰ ਲਵੇ ਫਿਰ ਆਪੇ ਆ ਜਾਵੇ। ਨਾਲ ਆਪਣੀ ਫੋਟੋ ਵੀ ਭੇਜ ਸਰ, ਉਹਨਾਂ ਨਾਲ ਫੋਟੋ ਵੀ ਇੱਥੇ ਭੇਜ ਸਰ। ਫੋਟੋ ਇਹਨਾਂ ਦੀ ਅੱਜ ਆ ਗਈ ਕੈਮਰੇ ਦੀ, ਫੋਟੋ ਇਹਨਾਂ ਦੇ ਕੇ ਆ ਗਈ। ਰਿਕਾਰਡਿੰਗ ਲਾਈ ਸੀ, ਬੜੀ ਐਨਕ ਸ਼ੈਨਕ ਲਾਈ ਹਨ ਨਾ, ਐਨਕ ਸ਼ੈਨਕ ਲਾ ਕੇ
ਅਲੀ ਅਹਿਮਦ ਪਤਾ ਕੀ, ਜਿਸਲੇ ਮੈਂ ਟੈਪ ਟੈਪ ਕਰ ਰਿਹਾ ਸਾਂ ਨਾ, ਤੇ ਉਧਰੋਂ ਇਹਨੇ ਚੁੱਕ ਲਿਆ, ਚੁੱਕ ਲਿਆ ਤੇ ਸਲਾਈਡ ਅੱਗੇ ਆ ਗਈ ਹੈ ਤੇ ਉਹਦੇ ਤੇ ਉਂਗਲੀ ਲੱਗ ਗਈ, ਤੇ ਆਪੇ ਆਨ ਹੋ ਗਿਆ ਸੀ ਕੈਮਰਾ। ਇਹ ਗੱਲ ਸੀ। ਅੱਛਾ ਆਮਰ ਬਾਈ, ਮੈਂ ਟੈਪ ਟੈਪ ਕਰ ਕਰਕੇ 5 ਤੂੰ ਕੇ ਤੂੰ ਲੈ ਕੇ 12 20 ਕੇ ਤੇ ਖੜਿਆ, ਤੇ ਹੁਣ ਨੰਬਰ ਲਿਖਣ ਗਿਆ ਤੇ ਵਾਪਸ ਆਇਆ ਤੇ 12 ਤੇ ਆ ਗਿਆ, ਇਹ ਕੀ 8 ਥੱਲੇ ਕਿਉਂ ਆ ਗਿਆ? ਮੈਂ 20 ਤੇ ਕਰਕੇ ਛੱਡਿਆ ਤੇ ਸ਼ਾਇਦ ਕਿਸੇ ਰਿਪੋਰਟ ਕੀਤੀ ਤਾਂ ਥੱਲੇ ਆਈ ਅਬਰਾਡ, ਫਿਰ 12 ਤੇ ਆ ਗਈ। ਹੋਇਆ ਜੇ ਕਿ ਹੁਣ ਹੀ ਹੋਇਆ, ਤਾਂ ਹੀ ਤੇ ਮੈਂ ਵੀ ਹੈਰਾਨ ਹਾਂ। ਮੈਂ ਫਿਰ ਕਰਨ ਲੱਗਾ ਕਿਉਂਕਿ ਮੈਨੂੰ ਗੱਲ ਛੱਲ ਤੇ ਤੁਹਾਨੂੰ ਪਤਾ ਆਉਂਦੀ ਨਹੀਂ। ਚਲੋ ਇਹ ਹਿੱਸਾ ਪਾ ਦੇਣਾ ਟੈਪ ਟੈਪ ਕਰਕੇ ਬਰਾਡ ਨੂੰ ਤੇ ਬੰਦਾ ਉਤਾਂ ਰੱਖੇ ਨਾ, ਕਿਉਂਕਿ ਮੇਰੇ ਹਜ਼ੂਰ ਬਾਦ ਜੀ ਜੀ ਐਨੀ ਬੰਦਾ ਗੱਲ ਕਰੇ ਤੇ ਐਨ ਦੀ ਬੰਦਾ ਗੱਲ ਕਰੇ ਤੇ ਉਹਦੀ ਬੜੀ ਵੈਲਿਊ ਨਹੀਂ, ਬੜੀ ਸੋਹਣੀ ਤੁਸੀਂ ਗੱਲ ਕਰ ਸਕਦੇ ਨਾ ਆਪ ਤੋਂ। ਬਹੁਤ ਮਿਹਰਬਾਨੀ ਤੁਹਾਡੀ, ਅੱਲਾ ਦਾ ਹੀ ਕਰਾਂ ਮੈਂ। ਇਹ ਜਿਹੜਾ ਸ਼ਾਰਪ ਸ਼ੂਟਰ ਨਹੀਂ ਲੱਗਿਆ ਰਹਿੰਦਾ ਹਰ ਵੇਲੇ ਗੱਲਾਂ ਨੂੰ ਜ਼ਿਆਦਾ ਕਰਾਂ ਨਾ, ਉਹ ਤੁਹਾਡੀਆਂ ਜੁੱਤੀਆਂ ਚੁੱਕਣ ਦੇ ਕਾਬਲ ਆ, ਤੁਹਾਡੇ ਅਦਨਾ ਜੇ ਸ਼ਿਗਰੇ ਦਾ, ਤੇ ਇਸ ਵਾਸਤੇ ਉਹ ਫੋਟੋ ਆ ਗਈ, ਵਰਨਾ ਉਹ ਅਸੀਂ ਫੋਟੋ ਜਿਹਨੇ ਵੀ ਲੈਣੀ ਮੇਰੀ ਲੈ ਲਓ, ਕੋਈ ਨੀ ਮਸਲਾ ਮੈਨੂੰ। ਜਿਹੜੇ ਦਿਨ ਜਾਣਾ ਉਹ ਜਾਣਾ ਹੀ ਹੈ, ਤੇ ਉਸ ਤੋਂ ਇਲਾਵਾ ਜਦੋਂ ਉਹ ਕੱਲ ਦੀ ਜੱਟ ਨੇ ਵੀ ਮੇਰੀ ਫੋਟੋ ਲਾਈ ਸੀ, ਮੈਂ ਕਿਹਾ ਤੂੰ ਬੇਸਿਕਲ ਹੋ ਗਿਆ, ਜਿੰਨੇ ਮੁਸਲਮਾਨ ਕੇ ਦਾ ਕੈਮਰੇ ਆਨ ਕਰਨ ਦੇ ਸੀ, ਪਹਿਲੇ ਵੀ ਕੈਮਰੇ ਦੇ ਨਾਲ ਜਾਂਦਾ ਹਾਂ, ਤੂੰ ਪਹਿਲੇ ਕੈਮਰੇ ਨਾਲ ਆਉਣਾ ਸੀ, ਜਦੋਂ ਤੂੰ ਗਾਲਾਂ ਸ਼ੁਰੂ ਕੀਤੀਆਂ ਨੇ ਤੂੰ ਆਪਣੀ ਫੋਟੋ ਵਿੱਚ ਪਾ ਲਈ, ਆਪਣੀ ਵੀਡੀਓ ਵਿੱਚ ਪਾ ਲਈ, ਤੇ ਤੂੰ ਤੇਰੇ ਤੇ ਹੋਣੀ ਚਾਹੀਦੀ ਹੈ ਦਿਲ ਜੱਟ, ਜਿਹੜਾ ਪਹਿਲੇ ਵੀਡੀਓ ਤੇ ਆਉਂਦਾ ਸੀ, ਜਿਮ ਵੀ ਜਾਂਦਾ ਸੀ, ਤੇ ਤੂੰ ਆਪਣੇ ਆਪ ਨੂੰ ਛੁਪਾ ਲਿਆ ਮਰਦਾ, ਇਹ ਤਾਂ ਇਹਨੂੰ ਕਹਿੰਦੇ ਨੇ, ਤੇ ਮੁਸਲਮਾਨ ਕਿਹਨੂੰ ਵੀ ਕਿਹਾ ਕੈਮਰਾ ਆਪਣਾ ਆਨ ਕਰੇਗਾ, ਤੇਰੇ ਸਾਡੇ ਕਿਆ ਫਰਕ ਹੈ, ਰਾਤੀ ਫੋਟੋ ਲਾਈ ਸੀ ਦਿਲ ਜੱਟ ਨੇ। ਆ ਜਾ ਕਿੱਥੇ ਹੋ ਯੂਸਫ ਭਾਈ, ਠੀਕ ਹੋ ਕਿ ਬਾਹਰ? ਜੀ ਮੈਂ ਨਿਕਲ ਪਿਆ ਅੱਡੇ ਵਿੱਚੋਂ, ਫਿਰ ਟੈਕੋਗ੍ਰਾਫ ਉਹਦਾ ਕਿਰਾਇਆ ਰਿਵੀਜ਼ੀਓ ਨੇ 2 ਸਾਲ ਵਾਸਤੇ, ਤੇ ਹੁਣ ਫਰਾਂਸ ਵੱਲ ਜਾ ਰਿਹਾ। ਪਹਿਲੀ ਜਿਹੜੀ ਮੁਲਿਤ ਹੋਵੇ ਉਹ ਲਾਣੀ ਹੈ ਲਿਓਨ ਦੇ ਕੋਲ, ਤੇ ਆਖਰੀ ਮੁਲਿਤ ਹੋਵੇ ਲੇਮਾਨਸ, ਵਾਹ ਵਾਹ ਸਾਊਥ ਵਾਲੇ ਪਾਸੇ, ਵੈਸਟ ਵਾਲੇ ਪਾਸੇ, ਫਰਾਂਸ ਕਾਫੀ ਦੂਰ ਹੈ, ਉੱਥੇ ਆਖਰੀ ਲਾ ਕੇ ਤਕਰੀਬਨ 6 ਜਾਂ 7 ਮੁਲਿਤ ਉਹ ਲੱਦੀਆਂ ਨੇ, ਤੇ ਮੇਰੇ ਮੇਰੇ ਪਿੱਛੇ ਉਹ ਵੀ ਲੱਗ ਗਿਆ ਨਾ ਪੁਰਤਾ, ਮਤਲਬ ਡਰੋਲੀ ਕੋ ਅਦਰੋਲੀ ਕੋ ਜਿਹੜਾ ਲਿਫਟ ਹੁੰਦੀ ਹੈ ਉਹਦੇ ਨਾਲ, ਜਗ੍ਹਾ ਜਿੱਥੇ ਚਾਹਣ ਉੱਥੇ ਲਾ ਦੇਣਾ ਨਾ, ਤੇ ਫਿਰ ਉਹ ਸਪੈਸ਼ਲ ਟਰਾਲੀ ਬਣੀ ਉਹਦੇ ਵਾਸਤੇ ਲਾਣੇ ਵਾਸਤੇ। ਜੀ ਆ ਬਸ ਮੁਲਿਤ ਫੜ ਕੇ ਨੇੜੇ ਲਿਆ ਕੇ ਉਹਦੇ ਰੱਸੇ ਬੈਲਟ ਖੋਲ ਕੇ ਫਿਰ ਉਹ ਥੱਲੇ ਲਾ ਕੇ ਲਿਫਟ ਨਾਲ, ਤੇ ਉਹ ਨੇੜੇ ਨੇੜੇ ਅੰਦਰ ਅੰਦਰ ਜਿੱਥੇ ਆਉਂਦੇ ਨੇ ਉੱਥੇ ਖਲਵਾ ਕੇ ਸਾਈਨ ਕਰਾ ਕੇ ਤੁਰ ਜਾਈਦਾ। ਆਹੋ ਭਾਈ ਜਾਨ ਇਹ ਗੱਲ ਹੈ, ਕਾਫੀ ਸਾਨੂੰ ਕਰਨਾ ਪੈਂਦਾ। ਮੇਰੀ ਟਰਾਲੀ ਹੋਵੇ ਨਾ ਜਿਹੜੀ ਛੱਤ ਵੀ ਖੁੱਲਦਾ, ਤਿਲ ਹੋਣੇ ਵਾਲੀ ਛੱਤ ਵੀ, ਸਾਈਡਾਂ ਵੀ, ਸਭ ਨੂੰ ਵੱਡੀ ਕਸੀਨੋ ਹੀ ਹੈ ਤਿਲ ਹੋਣਾ, ਤਾਂ ਦੀਆ ਕਿ ਜਿਹੜਾ ਤਿਲ ਖੋਲਣਾ ਤੇ ਬੰਦ ਕਰਨਾ। ਜੀ ਆ ਬੜੀ ਮੁਸੀਬਤ ਹੈ, ਮਸ਼ੀਨਾਂ ਵਗੈਰਾ ਲੱਦੀ ਹੈ ਨਾ, ਬੜੀ ਮੁਸੀਬਤ ਪੈਂਦੀ ਹੈ। ਇਹ ਵੀ ਮਸ਼ੀਨਾਂ ਹੀ ਨੇ ਲੇਕਿਨ ਚੱਲਣੇ ਵਾਲੀਆਂ ਨੇ ਮੁਲੇ ਤੋਂ ਜਿਹੜੀਆਂ, ਤੇ ਚਲਾਕ ਇਹ ਟਿਓਟਾ ਦੀਆਂ ਮੁਲੇ ਤੋਂ ਜੇ ਮੋਦ ਬਲੋਨੀਆਂ ਬਣਦੀਆਂ ਨੇ ਟਿਓਟਾ, ਤੇ ਜਾਂਦੀਆਂ ਸਾਰੇ ਫਰਾਂਸ ਵਿੱਚ, ਫਰਾਂਸ ਦੇ ਕੋਨੇ ਕੋਨੇ 'ਚ ਮੈਂ ਛੱਡ ਕੇ ਆਉਣਾ ਇੱਕ ਇੱਕ ਕੋਣਾ। ਜੀ ਜੀ ਜਪਾਨ ਦੀ, ਪਰ ਇਹ ਨਾ ਇੱਥੇ ਸੀ ਨਾ ਪਹਿਲਾਂ,
ਇਹ ਕੰਪਨੀ ਸੀ ਚੇ ਸਾਹਿਬ, ਸਬਜ਼ ਰੰਗ ਦੀਆਂ ਬੋਲੇ ਤੋਂ ਚੇ ਸਾਹਿਬ, ਉਹ ਫਿਰ ਟਿਓਟਾ ਨੇ ਖਰੀਦ ਲਈ ਚਲਦੀ ਚਲਦੀ, ਉਹਨਾਂ ਰੰਗ ਬਦਲ ਕੇ ਆਪਣਾ ਸੰਤਰਾ ਰੰਗ ਕਰ ਲਿਆ ਅਤੇ ਟਿਓਟਾ ਲਿਖਿਆ ਉੱਤੇ। ਬੁਲਟ ਤਾਂ ਮੇਰਾ ਹਾਲੇ ਉਹ ਹੀ ਨੇ, ਸਾਰਾ ਕੁਛ ਪਲਾਂਟ ਉਹ ਹੀ, ਬਸ ਐਵੇਂ ਬਸ ਸਾਨੂੰ ਚੱਕਰ ਦਿੱਤੇ ਆ ਬੰਦਿਆਂ ਨੂੰ। ਲਾ ਮੈਂ ਫਿਰ ਟੈਪ ਟੈਪ ਸ਼ੁਰੂ ਕਰਨ ਲੱਗਾ ਅਤੇ ਚੁੱਕਣ ਲੱਗਾ ਇੱਕ ਵਾਰ ਫਿਰ ਇਨਸ਼ਾਅੱਲਾ ਤਾਲਾ, ਵੀਹ ਤੀਹ ਖੜਨੀ ਮੈਂ ਮੈਂ ਚੁੱਪ ਕਰਨ ਲੱਗਾ। ਨਹੀਂ ਕੋਈ ਨਾ ਕੋਈ ਕਰ ਰਿਹਾ ਥੋੜ੍ਹੀ 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 ਥੋੜ੍ਹੀ, ਅੱਲਾ ਉਹਦਾ ਭਲਾ ਕਰੇ। ਲਾ ਮੈਂ ਮਿਊਟ ਕਰਨਾ ਅਤੇ ਆਪਣਾ ਇਹ, ਅਤੇ ਫਿਰ ਜਾਂ ਫਿਰ ਜੇ ਕਿਸੇ ਨਹੀਂ ਬੋਲਣਾ ਤਾਂ ਫਿਰ ਨਾਤ ਸੁਣ ਲਓ ਮੇਰੇ ਕੋਲੋਂ, ਉਹ ਵੀ ਧੱਕੇ ਨਾਲ ਮੈਨੂੰ ਪਾ ਆਉਂਦੀ ਹੈ ਜਾਂ ਨਹੀਂ ਆਉਂਦੀ। ਮੈਂ ਅਸਲ 'ਚ ਨਾ ਅੱਜ ਜਦੋਂ ਬਜ਼ੁਰਗਾਂ ਨਾਲ ਸਵੇਰੇ ਸਵੇਰੇ ਮੇਰੀ ਗੱਲ ਹੋ ਗਈ ਨਾ, ਮੇਰਾ ਮੂਡ ਸਹੀ ਹੋ ਜਾਂਦਾ। ਮੈਂ ਫਿਰ ਇਸ ਕਰੇ ਗੱਲ ਦੱਸਣ ਦਾ ਫੋਨ ਆ ਗਿਆ, ਉਹਨਾਂ ਨੇ ਗੱਪ ਸ਼ੱਪ ਲਾਈ, ਮੇਰਾ ਮੂਡ ਚੰਗਾ ਸੀ ਅਤੇ ਉਹ ਬਰਾਡ ਇੱਕ ਦੋ ਵੇਖੀ ਤੇ ਉਹਦੇ ਅਤੇ ਮੈਂ ਆਪਣੀ ਆਨ ਕਰ ਲਈ ਗੱਲ। ਅੱਛਾ ਭਾਈ ਮੇਰਾ ਆਪਣਾ ਆਮਿਰ ਭਾਈ, ਅੰਮੀ ਨੇ ਅੱਬੂ ਨੇ ਕਿਹੜੇ ਬਜ਼ੁਰਗ ਨੇ ਕਿ ਦੋਵੇਂ ਨੇ ਮਾਸ਼ਾ ਅੱਲਾ? ਨਹੀਂ ਬਜ਼ੁਰਗ ਤੇ 2014 ਦੇ ਫੋਟ ਹੋ ਗਏ ਨੇ ਤੇ ਹੁਣ ਅੰਮਾ ਹੋਰੀ ਨੇ। ਇੰਨਾ ਨਹੀਂ ਲਾ ਇੰਨਾ ਹੈ ਰਾਜਨ, ਤਾਂ ਵੀ ਅੰਮੀ ਦੀ ਕਿਆ ਬਾਤ ਹੈ, ਘਰ 'ਚ ਰੌਣਕ ਹੁੰਦੀ, ਬੜੀ ਰੌਣਕ ਹੁੰਦੀ ਹੈ, ਬਸ ਬੈਠੇ ਹੋਣੇ ਚਾਹੀਦੇ ਨੇ ਘਰ 'ਚ। ਚਲੋ ਅੱਲਾ ਜੀ ਅੱਲਾ ਉਹਨਾਂ ਦੀ ਤਬੀਅਤ ਬਹਾਲ ਹੋ ਜਾਂਦੀ ਜਿਸ ਵੇਲੇ ਸਵੇਰੇ ਉਹਨਾਂ ਦਾ ਫੋਨ ਨਾ ਨਾ ਆਵੇ। ਵਾਹ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਉਹਨਾਂ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ, ਕਦੀ ਕਿਸੇ ਦਾ ਮੁਹਤਾਜ ਨਾ ਕਰੇ ਅਤੇ ਚੱਲਦੇ ਫਿਰਦੇ ਰਹਿਣ, ਸਿਹਤਮੰਦ ਰਹਿਣ, ਅੱਲਾ ਕਰੇ ਕੋਈ ਤਕਲੀਫ ਨਾ ਆਵੇ, ਮਾਂ ਤਾਂ ਬੜੀ ਸ਼ਾਇ ਹੁੰਦੀ। ਅੱਛਾ ਆਮਿਰ ਭਾਈ, ਮੈਂ ਅੰਮੀ ਦੀ ਗੱਲ ਆਈ ਹੈ ਅਤੇ ਕਰੋਨਾ ਜਦੋਂ ਆਇਆ ਨਾ ਅਤੇ ਮੈਂ ਫਸਿਆ ਸਾਂ ਫਰਾਂਸ ਇਤਵਾਰ ਦਾ ਦਿਨ, ਅਤੇ ਮੈਂ ਨਾ ਆ ਸਕਦਾ ਕਰੋਨਾ, ਅਤੇ ਉੱਥੇ ਮੇਰੇ ਅੰਮੀ ਫੌਤ ਹੋ ਗਏ, ਅਤੇ ਮੈਂ ਇਕੱਲਾ ਬੜੀ ਦੇਰ ਰੋਂਦਾ, ਬਲਕਿ ਦੋ ਦਿਨ ਹੀ ਰੋਂਦਾ ਰਿਹਾ, ਰੁਕਿਆ ਰਿਹਾ ਨਾ। ਫਿਰ ਵਾਪਸ ਉੱਥੇ ਮੈਂ ਮਾਲਕ ਨੂੰ ਆਖਿਆ ਮੈਂ ਪਾਕਿਸਤਾਨ ਜਾਣਾ, ਤਾਂ ਠੀਕ ਹੈ ਜ਼ਰੂਰ ਜਾ ਤੂੰ, ਅਤੇ ਵਾਪਸ ਆ ਕੇ ਅਤੇ ਟਿਕਟ ਲਈ, ਇੰਨੀ ਕੁ ਕੋਸ਼ਿਸ਼ ਕੀਤੀ, ਲੱਭੀ ਨਹੀਂ ਟਿਕਟ, ਇੰਨਾ ਕੁ ਸਖਤ ਕਰੋਨਾ ਸੀ ਨਾ ਉਦੋਂ, ਅਤੇ ਬਸ ਮੇਰੀ ਕਿਸਮਤ ਅੱਲਾ, ਮੈਂ ਸਾਰੀ ਜ਼ਿੰਦਗੀ ਦੁਆ ਕੀਤੀ ਯਾ ਅੱਲਾ ਮੈਂ ਕੋਲ ਹੋਵਾਂ, ਪਰ ਜੋ ਅੱਲਾ ਦੀ ਮਰਜ਼ੀ, ਮਿਹਰਬਾਨੀ ਅੱਲਾ ਦੀ, ਅਤੇ ਮੈਂ ਕੋਲ ਨਹੀਂ ਸਾਂ। ਫਿਰ ਮੈਂ ਸਾਲ ਕੁ ਬਾਅਦ ਚੀਜ਼ਾਂ ਬਹਾਲ ਹੋਈਆਂ, ਅਤੇ ਮੈਂ ਫਿਰ ਉਹਨਾਂ ਦੇ ਖਤਮ 'ਤੇ ਗਿਆ, ਅਤੇ ਬਸ ਇਹ ਕਿਸਮਤ ਦੀ ਗੱਲ ਹੈ। ਅਤੇ ਮੈਂ ਬਹੁਤ ਪਿਆਰ ਕਰਦਾ ਸਾਂ ਅੰਮੀ ਨਾਲ, ਅਤੇ ਉਹ ਵੀ ਮੇਰੇ ਨਾਲ ਵੀ ਬਹੁਤ ਕਰਦੇ ਸਨ, ਯਾਨੀ ਦੂਜੀ ਔਲਾਦ ਨਾਲੋਂ ਜ਼ਿਆਦਾ, ਅਤੇ ਮੈਂ ਹੀ ਦੂਰ ਰਿਹਾ ਉਹਨਾਂ ਤੋਂ, ਅਤੇ ਬਸ ਕਿਸਮਤ ਦੀ ਗੱਲ ਹੈ। ਅੱਲਾ ਉਹਨਾਂ ਨੂੰ ਜੰਨਤ ਦੇਵੇ, ਅਤੇ ਤੁਹਾਡੇ ਅੱਬੂਰਾਂ ਨੂੰ ਅੱਲਾ ਜੰਨਤ ਦੇਵੇ, ਅਤੇ ਜਿਨ੍ਹਾਂ ਦੀਆਂ ਐਂ ਨੇ ਮਾਵਾਂ, ਉਹ ਉਹਨਾਂ ਦੀ ਕਦਰ ਕਰ ਲੈਣ ਅਤੇ ਖੁਸ਼ ਰਹਿਣ। ਜਿਸ ਦਿਨ ਮੇਰੀ ਵਾਲਦਾ ਫੋਤ ਹੋਈ ਹੈ ਨਾ, ਜਨਾਜ਼ੇ ਤੋਂ ਬਾਅਦ ਮੇਰਾ ਯਾਰ ਹੈ, ਬੜਾ ਕਲੋਜ਼ ਹੈ, ਬੜਾ ਕਲੋਜ਼ ਹੈ, ਘਰੇਲੂ ਤਲਕਾਰ ਤੱਕ ਯਾਰ ਹੈ, ਘਰੇਲੂ ਤਲਕਾਰ ਤੱਕ ਮੇਰਾ ਯਾਰ ਹੈ। ਅਤੇ ਉਹ ਜਨਾਜ਼ੇ ਤੋਂ ਬਾਅਦ ਮੈਨੂੰ ਕਹਿੰਦਾ ਮਲਕਾ ਤੂੰ ਮੌਤ ਦੀ ਅੱਖਾਂ 'ਚ ਅੱਖਾਂ ਪਾ ਕੇ ਰਹਿੰਦਾ ਸਾ, ਤੁਹਾਡੀ ਜ਼ਿੰਦਗੀ ਅਸਾਂ ਨੇ ਸਾਹਮਣੇ ਗੁਜ਼ਰੀ ਹੈ, ਠੀਕ ਹੈ ਨਾ, ਲੇਕਿਨ ਅੱਗਾ ਤਿਆਰ ਕਰੀ, ਹੁਣ ਤੁਹਾਡੇ ਪਿੱਛੇ ਦੁਆ ਕਰਨ ਵਾਲੇ ਹੱਥ ਕੋਈ ਨਹੀਂ ਰਹੇ ਨੀ। ਉਹ ਕਹਿੰਦਾ ਅੱਗਾ ਤਿਆਰ ਕਰੀ, ਹੁਣ ਤੁਹਾਡੇ ਪਿੱਛੇ ਦੁਆ ਕਰਨ ਵਾਲੇ ਹੱਥ ਕੋਈ ਨਹੀਂ ਰਹੇ ਨੀ, ਅੱਗੇ ਦੁਆ ਜਿਹੜੀ ਕਿਸੇ ਆਫਤ ਤੁਹਾਡੀ ਮੂੰਹ ਨਹੀਂ ਕਰਨ ਦੇਣੀ ਹੈ, ਹੁਣ ਅੱਗਾ ਤਿਆਰ ਕਰੀ, ਹੁਣ ਪਿੱਛੇ ਦੁਆ ਕਰਨ ਵਾਲੇ ਹੱਥ ਕੋਈ ਨਹੀਂ ਰਹੇ ਨੀ। ਬਿਲਕੁਲ ਇੰਜੀ ਮਲਕ ਸਾਹਿਬ, ਬਿਲਕੁਲ ਇੰਜੀ, ਬੜੀ ਸ਼ਹਿ ਮਾਵਾਂ, ਬਲਕਿ ਵਾਲਦੈਨ ਬੜੀ ਸ਼ਹਿਰ ਹੈ।